सारे दर्शकों ने मेरे वालों प्यार भरी सत श्री अकाल। तुहाडा स्वागत प्रोग्राम अज दा मुद्दा दे विच, मैं तुहाडी होस्ट आशमिता। सारिआं नूं इस बहुत ही स्पैशल प्रोग्राम दे विच एक बारी स्वागत मैं फिर करदी हां। यूनाइटेड स्टेट्स दे विच जो पहले सिख इत्थे पहुंचे सीगे 1899 दे विच कैलिफोर्निया लैंड किते। 12-13 साल बाद 1912 दे विच इत्थे स्टॉकटन कैलिफोर्निया दे विच पहला गुरद्वारा शुरू किया। अज ये प्रोग्राम स्टॉकटन गुरद्वारे तो तुहाडे नाल पेश कर रहे हैं, तो मैं बहुत ही माण ते खुशी महसूस हो रही है कि जिथे ये जगह तुसी कह लो हैलोड ग्राउंड साडे सिख इतिहास लई इन्नी अहमियत रखती है। अज थोड़े जे इस इतिहास बारे ते अज दी डेट दे विच की कुछ हो रहा है ओदी जानकारी तुहाडे नाल सांझी करांगे। ते ऑफकोर्स गुरुद्वारे तो प्रोग्राम कर रहे हैं, साडे नाल गैस जुड़े हैं, साडे नाल संगत भी जुड़ी हैगी, लाइव ऑडियंस साडे नाल मौजूद हैं। सब तो पहले साडे जो गैसट हैं मैं उन्होंने स्वागत करती हाँ। वाहेगुरू जी का खालसा, वाहेगुरू जी की फतेह। मैं व्यूअर्स नूं दसना चाहती हाँ साडे नाल अज मौजूद हैं मनजीत सिंह उप्पल जी। तुहाडे परिवार का इतिहास इस कंट्री दे विच किन्ने डेकेड्स पिछे जाता है, सो तुहाडे तो मैं हिस्ट्री पूछना चाहूँगी, खास करके स्टॉकटन गुरुद्वारे दी। एंड ऑफकोर्स अमरजीत सिंह जी सैक्रटरी, तुसी गुरुद्वारे दे नाल 95 तो जुड़े हुए हो, तो की कुछ हो रहा अज की डेट दे विच ओदी भी गल करांगे। मनजीत जी, सब तो पहले मैं तुहाडे नाल शुरू करना चाहूँगी, तुहाडे परिवार तो कौन US दे विच आया सी ते किस सन दी गल है कि इत्थे शुरुआत हुई? ਹਾਂਜੀ, ਸਭ ਤੋਂ ਪਹਿਲਾਂ ਜੀ ਮੇਰੇ ਨਾਨਾ ਜੀ ਇੱਥੇ 1952-51 'ਚ ਆਏ ਸੀਗੇ, ਤਾਂ ਉਹ ਤੋਂ ਬਾਅਦ ਸਾਡੀ ਫੈਮਿਲੀ, ਮੇਰੇ ਨਾਨਕਾ ਪਰਿਵਾਰ ਸਾਰਾ ਇੱਥੇ ਆਇਆ। ਉਹ ਸਾਰੇ ਇਸ ਗੁਰੂ ਘਰ ਨਾਲ ਇਨਵੋਲਵ ਰਹੇ 50 ਤੋਂ ਲੱਗ ਕੇ। ਮੇਰੇ ਨਾਨਾ ਜੀ ਨੇ ਸੈਕਟਰੀ ਦਾ ਜੋਬ ਵੀ ਕੀਤੀ ਇੱਥੇ 3-4 ਸਾਲ, ਫਿਰ ਐਲਸਬਰੰਟੇ ਗੁਰਦੁਆਰਾ ਬੰਦ ਕਰਕੇ ਮੇਰੇ ਮਾਮੇ ਉੱਥੇ ਮੂਵ ਸੀਗੇ ਹੋਏ ਸੀ, ਉੱਥੇ ਮੂਵ ਹੋ ਗਏ ਤਾਂ ਯੂਨੀਵਰਸਿਟੀ ਹੋ ਗਏ, ਪਰ ਸਾਡਾ ਪਰਿਵਾਰ ਪਹਿਲਾਂ ਤੋਂ ਇਸ ਗੁਰੂ ਘਰ ਨਾਲ ਇਨਵੋਲਵ ਰਹਾ। ਜੀ ਜੀ, ਮਨਜੀਤ ਜੀ, ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸਿਆ ਤੁਹਾਡੇ ਪਰਿਵਾਰ 50s or 60s ਦੇ ਵਿੱਚ ਉਹਨਾਂ ਦੀ ਇੱਥੇ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਸੀ, ਜਿੰਨਾ ਕੁ ਤੁਹਾਨੂੰ ਪਤਾ ਹੈ, ਸ਼ਾਇਦ ਉਸ ਤੋਂ ਪਹਿਲੇ ਵੀ ਆਏ ਹੋਣ। ਜਦੋਂ ਇਸ ਏਰੀਆ ਦੇ ਵਿੱਚ, ਖਾਸ ਕਰਕੇ ਸਟੋਕਟਨ ਦੀ ਜਦੋਂ ਗੱਲ ਹੁੰਦੀ ਹੈ, ਇੱਥੇ ਜਦੋਂ ਸਿੱਖ ਪਹੁੰਚੇ ਉਸ ਟਾਈਮ ਹਾਲਾਤ ਬਹੁਤ ਵੱਖਰੇ ਸੀਗੇ 50s 60s ਦੇ ਵਿੱਚ, ਫਿਰ ਵੀ ਨੋਨ ਵਾਈਟ ਇਮੀਗ੍ਰੈਂਟਸ ਲਈ ਕਿਸੇ ਨਾ ਕਿਸੇ ਹੱਦ ਤੱਕ ਕੁਛ ਉਹਨਾਂ ਦੇ ਰਾਈਟਸ ਬਣ ਚੁੱਕੇ ਸੀ। ਬਟ ਜਦੋਂ ਇੱਥੇ ਅਰਲੀ 1900s ਦੇ ਵਿੱਚ ਸਾਡੇ ਸਿੱਖ ਪਹੁੰਚੇ, ਉਸ ਟਾਈਮ ਕਿੰਨੇ ਕੁ ਹੱਕ ਉਹਨਾਂ ਦੇ ਕੋਲ ਸੀਗੇ, ਕੀ ਉਹਨਾਂ ਦੀ ਜਗ੍ਹਾ ਸੀਗੀ ਸੋਸਾਇਟੀ ਦੇ ਵਿੱਚ? ਦੇਖੋ ਜੀ, ਉਹ ਗੱਲ ਜੇ ਆਪਾਂ ਦੇਖੀਏ ਤਾਂ ਕੈਲੀਫੋਰਨੀਆ ਤੁਹਾਨੂੰ ਇਤਿਹਾਸ ਸਾਰਾ ਦੇਖਣਾ ਪਊਗਾ। ਜੇ ਆਪਾਂ 1830 ਦੀ ਪਹਿਲਾਂ ਗੱਲ ਕਰਦੇ ਹਾਂ ਨਾ, ਇਸ ਕੰਟਰੀ 'ਚ ਲੇਬਰ ਕੋਈ ਚੀਜ਼ ਨਹੀਂ ਹੁੰਦੀ ਸੀ, ਕਿ ਸਾਰੇ ਲੇਬਰ ਖਰੀਦੀ ਜਾਂਦੀ ਸੀ, ਸਲੇਵ ਬਾਏ ਕੀਤੀ। ਫਿਰ 1850 'ਚ ਕੈਲੀਫੋਰਨੀਆ ਨੇ ਯੂਨੀਅਨ ਜੁਆਇਨ ਕੀਤੀ, ਉਹਦੀ ਇੱਕ ਕੰਡੀਸ਼ਨ ਸੀ ਵੀ ਇੱਥੇ ਕੋਈ ਲੇਬਰ ਨਹੀਂ ਓਨ ਕਰ ਸਕਦਾ, ਤਾਂ ਜਾਣੀ ਕਿ ਸਲੇਬ ਨਹੀਂ ਓਨ ਕਰ ਸਕਦਾ। ਤਾਂ ਫਿਰ ਉਹ ਤੋਂ ਬਾਅਦ ਚਾਈਨੀਜ਼ ਆਉਣੇ ਸ਼ੁਰੂ ਹੋਏ ਪਹਿਲਾਂ 1870 ਦੇ ਵਿੱਚ, ਉਹਨੇ ਆਪਣਾ ਕੰਮ ਕਰਕੇ ਮਿਹਨਤ ਕਰਕੇ ਪ੍ਰਾਪਰਟੀਆਂ ਲੈਣੀਆਂ ਕੀਤੀਆਂ, ਅਤੇ ਇੱਥੇ ਦੇ ਗੋਰਿਆਂ ਲੋਕਾਂ ਨੇ, ਯੂਰੋਪੀਅਨ ਸੀਗੇ ਜਿਹੜੇ, ਉਹਨੇ ਇੱਕ ਚਾਈਨੀਜ਼ ਐਕਟ ਬਣਾਏ ਵੀ ਚਾਈਨੀਜ਼ ਪ੍ਰਾਪਰਟੀਆਂ ਨਹੀਂ ਲੈ ਸਕਦੇ। ਉਹ ਤੋਂ ਬਾਅਦ 1890 'ਚ ਜੈਪਨੀਜ਼ ਆਉਣੇ ਸ਼ੁਰੂ ਹੋ ਗਏ, ਫਿਰ ਉਹਨੇ ਮਿਹਨਤ ਕਰਕੇ ਪ੍ਰਾਪਰਟੀਆਂ, ਫਿਰ ਉਹਨੇ ਜੈਪਨੀਜ਼ ਐਕਟ ਬਣਾਤੀ। ਉਹ ਤੋਂ ਬਾਅਦ ਫਿਰ ਆਪਣੇ ਪੰਜਾਬੀ ਆਉਣੇ ਸ਼ੁਰੂ ਹੋ ਗਏ, ਉਹ ਪੰਜਾਬੀਆਂ ਦੇ ਐਕਟ ਥੱਲੇ ਉਹਨਾਂ ਸਾਰਿਆਂ ਨੂੰ ਕਰ ਰਹੇ ਸੀ ਵੀ ਇੱਥੇ ਕੋਈ ਪ੍ਰਾਪਰਟੀ ਨਹੀਂ ਓਨ ਕਰ ਸਕਦੇ, ਕੋਈ ਰਾਈਟਸ ਨਹੀਂ, ਸਿਰਫ ਲੇਬਰ ਕਰ ਸਕਦੇ ਆ ਜਿਹੜੀ ਉਹਨਾਂ ਨੂੰ ਲੋੜ ਸੀਗੀ। ਫਿਰ ਤੁਹਾਨੂੰ ਮੈਂ ਚਿੱਠੀ ਦਿਖਾਲੀ ਸੀ ਵੀ 1920 ਤਾਂ ਵੀ ਇਹ ਚੱਲਦਾ ਰਿਹਾ, ਇੱਥੇ ਦੇ ਸਟਾਕਟਨ ਦੇ ਮੇਅਰ ਤੋਂ ਪੰਜਾਬੀਆਂ ਨੇ ਚਿੱਠੀਆਂ ਲਿਖਾਈਆਂ ਗਵਰਨਰ ਨੂੰ, ਉਦੋਂ ਸਿੱਖਾਂ ਨੂੰ ਜਾਂ ਜਿੰਨੇ ਉਹਨਾਂ ਸਾਰਿਆਂ ਨੂੰ ਹਿੰਦੂ ਸਾਦੇ ਹੁੰਦੇ ਸੀ, ਉਹ ਚਿੱਠੀਆਂ ਵਿੱਚ ਉਹ ਐਜ ਏ ਹਿੰਦੂ ਡਰੈਸ ਕਰ ਰਿਹਾ ਵੀ ਬੰਦੇ ਬਹੁਤ ਚੰਗੇ ਆ, ਇਹਨਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਸਾਰੇ ਰਾਈਟਸ ਦੇਣੇ ਚਾਹੀਦੇ ਆ। ਉਹ ਸਟਾਕਟਨ ਦਾ ਮੇਅਰ ਆਪਣੇ ਕੈਲੀਫੋਰਨੀਆ ਦੇ ਗਵਰਨਰ ਨੂੰ ਚਿੱਠੀ ਲਿਖ ਲਿਆ ਉਸ ਵੇਲੇ, ਇਹਦਾ ਮਤਲਬ 1925-30 ਤਾਈਂ ਜਿਹੜਾ ਲੇਬਰ ਦਾ ਸੀ ਜਾਂ ਮਜ਼ਦੂਰਾਂ ਦਾ ਸੀ ਵੀ ਜਿੱਥੇ ਯੂਰੋਪੀਅਨ ਖਾਂਦੇ ਆ ਉੱਥੇ ਏਸ਼ੀਅਨ ਜਾ ਕੇ ਨਹੀਂ ਖਾ ਸਕਦਾ, ਹੋਰ ਨਹੀਂ ਕੋਈ ਖਾ ਸਕਦਾ, ਉਹਨਾਂ ਦਾ ਰਹਿਣ ਦਾ ਥੈਂ ਹੋਰ ਸੀ, ਜੇ ਰੈਸਟੋਰੈਂਟ ਜਾਣਾ ਉਹ ਡਿਫਰੈਂਟ ਰੈਸਟੋਰੈਂਟ ਸੀਗੇ, ਜਾਣੀ ਕਿ ਸੈਗਰੀਗੇਸ਼ਨ ਬਹੁਤ ਸੀ ਉਸ ਵੇਲੇ, ਆਪਾਂ ਤਾਂ ਇਮੈਜਿਨ ਵੀ ਨਹੀਂ ਕਰ ਸਕਦੇ। ਜੇ ਉਹ ਅੱਜ ਅਸੀਂ ਅਮਰੀਕਾ ਦੇਖਦੇ ਹਾਂ, ਉਹ ਜੇ 60-70 ਸਾਲ ਪਿੱਛੇ ਚੱਲ ਜਾਈਏ, ਉਹ ਅਮਰੀਕਾ ਦੀ ਉੱਦਾਂ ਦੀ ਨਹੀਂ ਸੀ, ਇਹ ਟੋਟਲੀ ਡਿਫਰੈਂਟ। ਜੋ ਸਾਡੇ ਬਜ਼ੁਰਗਾਂ ਨੇ ਇੱਥੇ ਆ ਕੇ ਘਾਲਿਆ ਸਾਡੇ ਲਈ, ਜਾਂ ਸਾਨੂੰ ਇੱਥੇ ਇੰਡੀਪੈਂਡੈਂਟ ਜਾਂ ਸਾਨੂੰ ਪ੍ਰਾਪਰਟੀ ਰਾਈਟਸ ਲੈ ਕੇ ਦਿੱਤੇ ਆ, ਉਹ ਤਾਂ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਜਿੰਨੀਆਂ ਉਹਨੇ ਤਕਲੀਫਾਂ ਕੀਤੀਆਂ, ਜੇ ਆਪਾਂ ਦੇਸ਼ ਦੀ ਆਜ਼ਾਦੀ ਦਾ ਦੂਜੇ ਪਾਸੇ ਛੱਡੀਏ ਨਾ, ਜੋ ਇੱਥੇ ਅਸੀਂ ਮਾਣ ਮਾਣ ਰਹੇ ਹਾਂ ਜਾਂ ਹੱਕ ਮਾਣ ਰਹੇ ਹਾਂ, ਉਹ ਸਾਰੀਆਂ ਉਹਨਾਂ ਦੀ ਹੀ ਦੇਣ। ਜੀ ਮਨਜੀਤ ਜੀ, ਤੁਸੀਂ
ਇਹ ਜੋ ਸਾਡੇ ਸਟਾਰਟਿੰਗ ਸੀਗੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਓਬਸਟੀਕਲਸ ਚੈਲੰਜਸ ਫੇਸ ਕੀਤੇ ਉਹਦੇ ਬਾਰੇ ਦੱਸਿਆ, ਬਟ ਹੁਣ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ, ਅੱਜ ਭਾਵੇਂ ਤੁਸੀਂ ਦਿੱਲੀ ਦੇ ਮੋਰਚੇ ਨੂੰ ਲੈ ਲਓ ਜਾਂ ਇੱਥੇ ਅਬਰੋਡ ਦੇ ਵਿੱਚ ਵੱਸਦੀ ਹੋਈ ਯੂਥ ਨੂੰ ਲੈ ਲਓ, ਗਦਰੀ ਬਾਬਿਆਂ ਦਾ ਨਾਮ ਮਸ਼ਹੂਰ ਹੈ, ਸਾਰੇ ਜਾਣਦੇ ਕਿ ਹਾਂਜੀ ਗਦਰੀ ਬਾਬਿਆਂ ਨੇ ਸਾਡੇ ਲਈ ਕੀ ਕੁਛ ਕੀਤਾ। ਉਹਨਾਂ ਦੀ ਸ਼ੁਰੂਆਤ ਇੱਥੋਂ ਹੋਈ ਸੀ, ਉਹ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਿਨ੍ਹਾਂ ਨੇ ਗਦਰ ਮੂਵਮੈਂਟ ਸ਼ੁਰੂ ਕੀਤੀ? ਦੇਖੋ, ਬਾਬਾ ਸੋਹਣ ਸਿੰਘ ਪਖਨਾ, ਬਾਬਾ ਜਵਾਲਾ ਸਿੰਘ, ਵਿਸਾਖਾ ਸਿੰਘ, ਸੱਤ ਤੇਜਾ ਸਿੰਘ, ਬਹੁਤ ਵਿਜ਼ਨਰੀ ਬੰਦੇ ਸੀ ਉਹ, ਆਪਣੇ ਤੇ ਟਾਈਮ ਤੋਂ ਐਡਵਾਂਸ ਸੀਗੇ। ਉਹਨੇ ਜੋ ਇੱਥੇ ਆ ਕੇ ਮਾਹੌਲ ਦੇਖਿਆ ਵੀ ਇੰਡੀਪੈਂਡੈਂਟ ਆਜ਼ਾਦੀ ਕਹਿੰਦੇ ਕਿਹਨੂੰ ਆਜ਼ਾਦੀ ਹੁੰਦੀ ਕੀ ਆ, ਉਹਨੇ ਉਸ ਚੀਜ਼ ਦਾ ਸੁਪਨਾ ਰੱਖ ਕੇ ਉਹ ਆਜ਼ਾਦੀ ਸਾਰੇ ਇੰਡੀਆ ਨਿਵਾਸੀ ਲੋਕਾਂ ਨੂੰ ਦੇਣੀ ਚਾਹੀ। ਉਹਨੇ ਫਿਰ ਗਦਰ ਮੂਵਮੈਂਟ ਦੇ ਨਾਂ 'ਤੇ ਲਹਿਰ ਤੋਰੀ, ਜਿਹਤੇ ਉਹਨੇ ਆਪਣੀਆਂ ਜਾਨਾਂ ਵੀ ਦੇਤੀਆਂ। ਚਲੋ, ਕੁਰਬਾਨੀਆਂ ਦਾ ਪੈਸੇ ਦਾ ਬੰਦਾ ਹਰੇਕ ਕੋਈ ਲਾਉਂਦਾ, ਪਰ ਕੁਰਬਾਨੀ ਕੋਈ ਕੋਈ ਕਰਦਾ। ਉਹਨੇ ਬਾਬਾ ਜਵਾਲਾ ਸਿੰਘ ਵਿਸਾਖਾ ਸਿੰਘ 500 acres ਦੀ ਖੇਤੀ ਕਰਦੇ ਸੀ, ਆਲੂਆਂ ਦੇ ਬਾਦਸ਼ਾਹ ਕਹਾਉਂਦੇ ਸੀ ਉਸ ਟਾਈਮ 'ਤੇ। ਉਹ ਸਭ ਕੁਛ ਛੱਡ ਕੇ ਉੱਥੇ ਜਾ ਕੇ ਆਪਣੀਆਂ ਜਾਨਾਂ ਵਾਰਤੀਆਂ ਉਸ ਦੇਸ਼ ਲਈ। ਉਹ ਇਕੱਲੇ ਸਿੱਖਾਂ ਲਈ ਨਹੀਂ ਸੀ, ਉਹ ਜਿੰਨੇ ਵੀ ਆਪਣੇ ਇੰਡੀਆ ਦੀ ਆਜ਼ਾਦੀ, ਤੁਸੀਂ ਉਹਨਾਂ ਦੇ ਸ਼ੇਅਰ ਪੜ੍ਹ ਕੇ ਦੇਖੋ ਗਦਰ ਪੇਪਰ ਵਿੱਚ, ਤੁਹਾਨੂੰ ਰੀਅਲਾਈਜ਼ ਹੋ ਜਾਓ ਵੀ ਉਹ ਆਜ਼ਾਦੀ ਕਹਿੰਦੇ ਕਿਹਨੂੰ ਸੀ, ਜਿਹੜੀ ਅੱਜ ਦੇਸ਼ ਦੀ ਆਪਣੀ ਇੰਡੀਆ ਦੀ ਵੀ ਆਜ਼ਾਦੀ ਆ। ਮੈਨੂੰ ਨਹੀਂ ਲੱਗਦਾ ਵੀ ਉਸ ਆਜ਼ਾਦੀ ਲਈ ਉਹਨੇ ਕੁਰਬਾਨੀਆਂ ਦਿੱਤੀਆਂ ਹੋਣਗੀਆਂ। ਜੀ ਤੁਸੀਂ ਗਦਰ ਅਖਬਾਰ ਦਾ ਨਾਮ ਮੈਂਸ਼ਨ ਕੀਤਾ, ਆਫਕੋਰਸ ਵਿਊਅਰਸ ਵੇਖ ਸਕਦੇ ਆ, ਇਹ ਬਹੁਤ ਹੀ ਹਿਸਟੋਰਿਕ ਪੀਸ ਆਫ ਇਕੁਇਪਮੈਂਟ, ਓਰਿਜਨਲ ਪ੍ਰਿੰਟਿੰਗ ਪ੍ਰੈਸ ਜਿਹਦੇ 'ਤੇ ਗਦਰ ਅਖਬਾਰ ਛਪਦਾ ਸੀ, ਸਾਡੇ ਇੱਥੇ ਤੁਸੀਂ ਪ੍ਰਿਜ਼ਰਵ ਕਰਕੇ ਰੱਖੀ ਹੋਈ ਹੈ, ਇਹਦੀ ਕੀ ਅਹਿਮੀਅਤ ਹੈਗੀ ਇਸ ਗੁਰਦੁਆਰੇ ਦੇ ਵਿੱਚ ਅਤੇ ਇੱਕ ਸਿੱਖ ਇਤਿਹਾਸ ਦੇ ਵਿੱਚ? ਉਹ ਦੇਖੋ, ਜਦੋਂ ਗਦਰ ਪਾਰਟੀ ਸ਼ੁਰੂ ਹੋਈ ਆ, ਉਹਨੇ ਆਪਣਾ ਮੈਸੇਜ ਦੇਣ ਲਈ ਆਪਣੀ ਪ੍ਰੈਸ ਲਾਈ, ਉਹ ਹੀ ਪ੍ਰੈਸ ਵਾ ਜਿਹ ਤੋਂ ਕਰਤਾਰ ਸਿੰਘ ਸਰਾਭਾ ਹੋਣੀ ਸਾਰੇ ਪ੍ਰੈਸ ਕਰ। ਜਿਹੜਾ ਪਹਿਲਾ ਪੇਪਰ ਨਿਕਲਿਆ ਉਹ 'ਚ ਕਰਤਾਰ ਸਿੰਘ ਸਰਾਭੇ ਨੇ ਇੱਕ ਸ਼ੇਅਰ ਲਿਖਿਆ ਸੀ ਉਹ 'ਤੇ, ਮੈਨੂੰ ਪੂਰਾ ਤਾਂ ਨਹੀਂ ਯਾਰ, ਮੈਂ 2-3 lines ਯਾਦ ਵਾ। ਉਹ ਕਹਿੰਦਾ ਵੀ ਸਾਨੂੰ ਜੁਝਾਰੂਆਂ ਦੀ ਲੋੜ ਆ, ਤਨਖਾਹ ਹੈਗੀ ਆ ਮੌਤ, ਪੈਨਸ਼ਨ ਹੈਗੀ ਸ਼ਹੀਦੀ, ਬੈਨੀਫਿਟ ਹੈਗੇ ਆ ਸ਼ਹੀਦੀ ਅਤੇ ਪੈਨਸ਼ਨ ਹੈਗੀ ਆ ਫਰੀਡਮ। ਅਤੇ ਉਹ ਬਹੁਤ ਲੰਮਾ ਸ਼ੇਅਰ ਹੋ ਜਾਣਗੇ, ਉਹ 'ਚ 2-3 lines ਮੈਨੂੰ ਚੇਤੇ ਆ। ਪਹਿਲੇ ਅਖਬਾਰ 'ਚ ਕਰਤਾਰ ਸਿੰਘ ਸਰਾਭੇ ਦਾ ਇਹ ਸੀਗਾ ਵੀ ਸਾਨੂੰ ਜੁਝਾਰੂ ਚਾਹੀਦੇ ਆ ਜਿਹੜਾ ਮੌਤ ਲਈ, ਸ਼ਹੀਦ ਦੇ ਲਈ ਜਾਣੀ ਕਿ ਆਪਣੀ ਕੁਰਬਾਨੀ ਦੇ ਸਕੇ। ਜੀ ਜੀ ਜੀ, ਗਦਰੀ ਬਾਬਿਆਂ ਦੀ ਇਹ ਲੈ। ਅਮਰਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਹੁਣ ਪੁੱਛਣਾ ਚਾਹੁੰਦੀ ਹਾਂ, ਇਸ ਗੁਰਦੁਆਰੇ ਦੇ ਵਿੱਚ ਸਾਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਪਤਾ ਹੈ ਕਿ ਆਪਣੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜੋ ਸਾਡੇ ਗੁਰਦੁਆਰੇ ਹੈਗੇ ਉਹਨਾਂ ਦੀ ਕੀ ਇਤਿਹਾਸਿਕ ਅਹਿਮੀਅਤ ਹੈ ਸਾਡੇ ਕਮਿਊਨਿਟੀ ਲਈ, ਬਟ ਇਹ ਗੁਰਦੁਆਰਾ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਕਿਸਮ ਦੀ ਅਹਿਮੀਅਤ ਆਪਦੀ ਵੀ ਰੱਖਦਾ ਹੈ ਕਿ ਇਤਿਹਾਸ ਦੇ ਵਿੱਚ ਇਹਦੀ ਜਗ੍ਹਾ ਬਹੁਤ ਵੱਡੇ ਲੈਵਲ 'ਤੇ ਬਣੀ ਹੋਈ ਹੈ। ਅੱਜ ਦੀ ਡੇਟ ਦੇ ਵਿੱਚ ਜਦੋਂ ਇੱਥੇ ਪ੍ਰੋਗਰਾਮ ਹੁੰਦੇ ਜਾਂ ਸੰਗਤ ਆਉਂਦੀ ਹੈ, ਕਿੰਨਾ ਕੁ ਉਹਨੂੰ ਉਹ ਐਕਸਪੀਰੀਅੰਸ ਮਿਲਦਾ ਹੈ ਕਿ ਹਾਂਜੀ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਸਿੱਖਾਂ ਦੀ ਹਿਸਟਰੀ ਇੱਥੋਂ ਸ਼ੁਰੂ ਹੋਈ ਸੀ? ਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਨੂੰ ਗਦਰੀ ਬਾਬਿਆਂ ਦੇ ਇਸ ਇਤਿਹਾਸਿਕ ਸਥਾਨ ਦੇ ਉੱਤੇ ਆਉਣ 'ਤੇ ਅਸੀਂ ਜੀਓ ਆਇਆਂ ਆਖਦੇ ਹਾਂ, ਅਤੇ ਜਿੰਨੇ ਵੀ ਆਪ ਜੀ ਦੇ ਆਡੀਅੰਸ ਆ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਪਾਕਿਸਤਾਨ ਦੇ ਵਿੱਚ ਜੋ ਗੁਰੂ ਘਰ ਆ ਜਾਂ ਹੋਰ ਬਾਹਰਲੇ ਕੰਟਰੀਆਂ ਵਿੱਚ ਜੋ ਗੁਰੂ ਘਰ ਆ, ਉੱਥੇ ਜਦੋਂ ਆਪਾਂ ਜਾਂਦੇ ਹਾਂ ਤਾਂ ਆਪਾਂ ਨੂੰ ਵਿਛੋੜੇ ਦਾ ਇੱਕ ਅਹਿਸਾਸ ਹੁੰਦਾ। ਜਦੋਂ ਮੈਂ 1994 ਦੇ ਵਿੱਚ ਇੰਡੀਆ ਤੋਂ ਇੱਥੇ ਆਇਆ ਸੀਗਾ, ਅਤੇ ਸੇਮ ਜੋ ਇਤਿਹਾਸਿਕ ਸਥਾਨ ਆ, ਕਿਉਂਕਿ ਉਹਨਾਂ ਮਹਾਂਪੁਰਖਾਂ ਦੀਆਂ ਬੰਦਗੀਆਂ ਇਸ ਸਥਾਨ ਦੇ ਉੱਤੇ ਕੀਤੀਆਂ ਹੋਈਆਂ, ਤੁਹਾਨੂੰ ਜਦੋਂ ਤੁਸੀਂ ਇੱਥੇ ਆ ਕੇ ਇਸ ਸਥਾਨ ਦੇ ਉੱਤੇ ਤੁਸੀਂ ਜੁੜਦੇ ਆ, ਤਾਂ ਆਟੋਮੈਟਿਕਲੀ ਤੁਹਾਡੀ ਭਾਵਨਾ ਜਿਹੜੀ ਆ, ਤੁਹਾਡੀ ਫੀਲਿੰਗ ਆ, ਉਹ ਇੰਡੀਆ ਦੇ ਨਾਲ ਅਟੈਚ ਹੁੰਦੀ ਆ। ਕਿਉਂਕਿ ਇਹ ਉਹੀ ਮਹਾਂਪੁਰਸ਼ ਆ ਜਿਨ੍ਹਾਂ ਨੇ ਗੁਲਾਮੀ ਨੂੰ ਮਹਿਸੂਸ ਕੀਤਾ ਸੀਗਾ ਕਿ ਅਸੀਂ ਗੁਲਾਮ ਹਾਂ, ਸਾਨੂੰ ਸਾਡੀ ਆਜ਼ਾਦੀ ਚਾਹੀਦੀ ਆ। ਜਦੋਂ ਆਪਾਂ ਇਹਨਾਂ ਦੇ ਸਥਾਨ ਦੇ ਉੱਤੇ ਇੱਥੇ ਆਉਂਦੇ ਹਾਂ, ਮੈਂ 1994 ਦੇ ਵਿੱਚ ਇੱਥੇ ਆਇਆ ਸੀ, ਅਤੇ ਮੇਰਾ ਮਾਇਆ ਵੀ ਇਸ ਗੁਰੂ ਘਰ ਦੇ ਅੰਦਰ ਹੀ ਲੱਗਾ ਸੀਗਾ, ਅਤੇ ਮੈਨੂੰ ਤਾਂ ਇਹ ਗੁਰੂ ਘਰ ਨੇ, ਮੈਨੂੰ ਤਾਂ ਆਪਣਾ ਘਰ ਜਾਪਦਾ, ਮੇਰੇ ਬਜ਼ੁਰਗਾਂ ਦਾ ਸਥਾਨ ਆ। ਅਤੇ ਅਸੀਂ ਮੰਨ ਲਓ ਹਮੇਸ਼ਾ ਹੀ ਇਸ ਸਥਾਨ 'ਤੇ ਆ ਕੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਬਦੌਲਤ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਆਹ ਬਾਣਾ ਪਾ ਕੇ, ਦਸਤਾਰਾਂ ਸਜਾ ਕੇ ਇਹਨਾਂ ਕੰਟਰੀਆਂ ਦੇ ਵਿੱਚ ਵਿਚਰਨ ਦੇ ਯੋਗ ਬਣਾ ਦਿੱਤਾ। ਇਹ ਉਹਨਾਂ ਦੀਆਂ ਕੁਰਬਾਨੀਆਂ ਆ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਨਤਮਸਤਕ ਹੁੰਦੇ ਹਾਂ ਉਹਨਾਂ ਗਦਰੀ ਬਾਬਿਆਂ ਨੂੰ ਕਿ ਜਿਨ੍ਹਾਂ ਨੇ ਉਸ ਸਮੇਂ ਇੰਨੀ ਘਾਲਣਾ ਘਾਲੀ ਆ, ਜਿਵੇਂ ਭਾਅ ਜੀ ਨੇ ਦੱਸਿਆ ਕਿ ਕਿਵੇਂ, ਮਤਲਬ ਜਦੋਂ ਆਪਾਂ ਸਟੋਰਾਂ ਵਿੱਚ ਜਾਂਦੇ ਹਾਂ ਜਾਂ ਸਾਡੇ ਨਾਲ ਕਿਵੇਂ ਵਿਤਕਰਾ ਹੁੰਦਾ ਸੀ ਉਸ ਸਮੇਂ ਦੀਆਂ, ਜੋ ਇੱਥੇ ਦੀਆਂ ਸਰਕਾਰਾਂ ਕਰਦੀਆਂ ਸਨ ਜਾਂ ਇੱਥੋਂ ਦੇ ਲੋਕ ਕਰਦੇ ਸਨ, ਉਹਨਾਂ ਨੇ ਝੱਲ ਕੇ ਸਾਨੂੰ ਅੱਜ ਇਸ ਯੋਗ ਬਣਾ ਦਿੱਤਾ ਕਿ ਅਸੀਂ ਆਪਣਾ ਦਸਤਾਰੇ ਸਜਾ ਕੇ
ਸ੍ਰੀ ਸਾਹਿਬ ਉੱਪਰ ਦੀ ਸਜਾ ਕੇ ਬਾਣੇ ਪਾ ਕੇ ਇਹਨਾਂ ਕੰਟਰੀਆਂ ਦੇ ਵਿੱਚ ਘੁੰਮ ਸਕਦੇ ਹਾਂ। ਜੀ ਜੀ ਬਿਲਕੁਲ, ਤੁਸੀਂ ਇੱਕ ਗੱਲ ਕੀਤੀ ਕਿ ਕਿਸ ਤਰ੍ਹਾਂ ਅੱਜ ਜੋ ਮੈਂ ਕਹਾਂਗੀ ਲਗਜ਼ਰੀ ਫਰੀਡਮ ਅਸੀਂ ਇੰਜੋਏ ਕਰ ਰਹੇ ਹਾਂ ਉਹ ਉਸ ਵੇਲੇ ਤੋਂ ਹੀ ਕੰਮ ਸ਼ੁਰੂ ਹੋਇਆ ਹੈ। ਥੈਂਕ ਯੂ ਫੋਰ ਦੈਟ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਕਿੱਥੇ ਨਾ ਜਾਓ, ਗੱਲ ਇਸ ਤਰ੍ਹਾਂ ਜਾਰੀ ਰਹੇਗੀ। ਟੀਮ ਸਾਡੀ ਪਹੁੰਚੀ ਹੈ ਸਟੋਕਟਨ ਕੈਲੀਫੋਰਨੀਆ ਦੇ ਵਿੱਚ, ਗੁਰਦੁਆਰੇ ਤੋਂ ਸਪੈਸ਼ਲ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਪਹੁੰਚੇ ਹਾਂ ਸਟੋਕਟਨ ਕੈਲੀਫੋਰਨੀਆ ਦੇ ਵਿੱਚ ਅਤੇ ਜੋ ਸਾਡੀ ਕੌਮ ਲਈ ਇੰਨੀ ਅਹਿਮੀਅਤ ਰੱਖਦਾ ਹੈ ਇਹ ਗੁਰਦੁਆਰਾ, ਸਭ ਤੋਂ ਪਹਿਲਾ ਗੁਰਦੁਆਰਾ ਸੀਗਾ ਯੂਨਾਈਟਿਡ ਸਟੇਟਸ ਦੇ ਵਿੱਚ ਜੋ ਸ਼ੁਰੂ ਕੀਤਾ ਗਦਰੀ ਬਾਬਿਆਂ ਨੇ। ਭਾਵੇਂ ਅੱਜ ਦੀ ਡੇਟ ਦੇ ਵਿੱਚ ਸਨਮਾਨਿਕ ਤੌਰ 'ਤੇ ਆਪਾਂ ਕਹਿੰਦੇ ਜ਼ਰੂਰ ਗਦਰੀ ਬਾਬਿਆਂ ਨੇ ਸ਼ੁਰੂ ਕੀਤਾ, ਬਟ ਉਸ ਵੇਲੇ ਉਹ ਨੌਜਵਾਨ ਸੀਗੇ, ਉਹ ਬਜ਼ੁਰਗ ਨਹੀਂ, ਉਹ ਯੰਗ ਸੀਗੇ, ਯੂਥ ਦਾ ਜੋਸ਼ ਉਹਨਾਂ ਦੇ ਵਿੱਚ ਸੀਗਾ। ਅਤੇ ਕਿਸ ਤਰ੍ਹਾਂ ਇਹ ਮੂਵਮੈਂਟ, ਇਹ ਗੁਰਦੁਆਰਾ ਗਦਰ ਪਾਰਟੀ ਦੀ ਲਹਿਰ ਸ਼ੁਰੂ ਹੋਈ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਅੱਜ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਸਾਡੇ ਨਾਲ ਇੱਕ ਵਾਰੀ ਫਿਰ ਸਾਡੇ ਗੈਸਟ ਜੁੜੇ ਹਨ, ਮਨਜੀਤ ਸਿੰਘ ਉੱਪਲ ਜੀ, ਅਮਰਜੀਤ ਸਿੰਘ ਜੀ ਸੈਕਟਰੀ। ਉੱਪਲ ਜੀ, ਤੁਹਾਡੀ ਫੈਮਿਲੀ ਦਾ ਇੰਨਾ ਪੁਰਾਣਾ ਇਤਿਹਾਸ ਹੈਗਾ, ਲਾਈਵ ਆਡੀਅੰਸ ਸੰਗਤ ਸਾਡੇ ਨਾਲ ਮੌਜੂਦ ਹਨ, ਉਹਨਾਂ ਨੂੰ ਵੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਮਨਜੀਤ ਸਿੰਘ ਜੀ, ਅੱਜ ਦੀ ਡੇਟ ਦੇ ਵਿੱਚ ਇੱਕ ਵਾਰੀ ਫਿਰ ਦਿੱਲੀ ਦੇ ਮੋਰਚੇ ਦੇ ਵਿੱਚ ਨੌਜਵਾਨ ਯੂਥ ਅੱਗੇ ਆ ਕੇ ਆਪਣੇ ਗੁਰੂਆਂ ਦੀ ਟੀਚੇ ਨੂੰ, ਆਪਣੇ ਬਜ਼ੁਰਗਾਂ ਦੀ ਗਾਈਡੈਂਸ ਦੇ ਨਾਲ ਇੱਕ ਹੋਰ ਮੂਵਮੈਂਟ ਲੈ ਕੇ ਆ ਰਿਹਾ, ਬਟ ਉਸ ਟਾਈਮ ਜੋ ਸਾਡੀ ਗਦਰੀ ਬਾਬੇ ਸੀਗੇ ਉਹ ਵੀ ਯੂਥ ਸਨ, ਉਹਨਾਂ ਨੇ ਵੀ ਇੱਕ ਬਹੁਤ ਪ੍ਰੋਗਰੈਸਿਵ ਮੂਵਮੈਂਟ ਸ਼ੁਰੂ ਕੀਤੀ ਜਿਹਦੇ ਨਾਲ ਕੀ ਕੁਛ ਹੋਇਆ ਦੁਨੀਆ ਦੇ ਵਿੱਚ। ਉਹਨਾਂ ਦੇ ਵਿੱਚੋਂ ਇੱਕ ਤੇਜਾ ਸਿੰਘ ਜੀ ਸੀਗੇ, ਉਹਨਾਂ ਦੇ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਬਿਕੋਜ਼ ਇਸ ਗੁਰਦੁਆਰੇ ਦੇ ਜੋ ਬਾਇਲੋਜ਼ ਹਨ ਉਹਨਾਂ 'ਤੇ ਤੇਜਾ ਸਿੰਘ ਜੀ ਦਾ ਵੀ ਸਿਗਨੇਚਰ ਹੈ, ਉਹਨਾਂ ਦੀ ਇਨਵੋਲਵਮੈਂਟ ਅਤੇ ਕੀ ਰੋਲ ਸੀਗਾ ਇਸ ਪੂਰੀ ਮੂਵਮੈਂਟ ਦੇ ਵਿੱਚ? ਸੰਤ ਤੇਜਾ ਸਿੰਘ ਦਾ ਆਈ ਥਿੰਕ ਅਮੈਰੀਕਾ ਕੈਨੇਡਾ ਦੀ ਹਿਸਟਰੀ ਹਰੇਕ ਥਾਂ ਤੁਹਾਨੂੰ ਨਾ ਮਿਲੇਗਾ, ਕਿਉਂ ਪੜ੍ਹੇ ਲਿਖੇ ਇਨਸਾਨ ਸਨ, ਇੰਟੈਲੀਜੈਂਟ ਸੀਗੇ। ਪਹਿਲਾਂ ਸਾਰਿਆਂ ਤੋਂ 1908 ਵਿੱਚ ਜਿਹੜਾ ਕੈਨੇਡੀਅਨ ਗੌਰਮੈਂਟ ਨੇ ਇੱਕ ਪਲਾਨ ਬਣਾਈ ਸੀ ਵੀ ਜਿੰਨੇ ਵੀ ਹਿੰਦੂਜ਼ ਆ, ਉਹ ਹਿੰਦੂਜ਼ ਕਹਿੰਦੇ ਸੀ ਉਦੋਂ, ਵੀ ਸਾਰਿਆਂ ਨੂੰ ਗੈਦਰ ਕਰਕੇ ਸ਼ਿਪ 'ਚ ਬਹਾਲ ਕੇ ਹੰਡੂਰਸ ਭੇਜ ਦਈਏ। ਅਤੇ ਉਦੋਂ ਤੇਜਾ ਸਿੰਘ ਕੈਂਬਰਿਜ ਯੂਨੀਵਰਸਿਟੀ ਪੜ੍ਹਦੇ ਸੀਗੇ, ਉਹਨਾਂ 'ਤੇ ਖਬਰ ਪਹੁੰਚੀ ਅਤੇ ਉਹ ਕੈਨੇਡਾ ਗਏ। ਉਹਨੀ ਇੱਕ ਮਹੀਨਾ ਪੂਰਾ ਉੱਥੇ ਲੈਕਚਰ ਕਰਕੇ, ਤੁਸੀਂ ਉਹਨਾਂ ਦੀਆਂ ਸਪੀਚਾਂ ਕਈ ਇੱਥੇ ਪੜ੍ਹੂੰਗੇ, ਵੀ ਜਿਹੜਾ ਉੱਥੇ ਦਾ ਮੀਡੀਆ ਸੀ ਉਹਨਾਂ ਨੂੰ ਆਪਣੇ ਹੱਕ 'ਚ ਕੀਤਾ, ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਕਿ ਇਹ ਵੀ ਬ੍ਰਿਟਿਸ਼ ਦੀ ਕਲੋਨੀ ਆ, ਇੰਡੀਆ ਵੀ ਬ੍ਰਿਟਿਸ਼ ਦੀ ਕਲੋਨੀ ਆ, ਵੀ ਸਾਨੂੰ ਰਾਈਟਸ ਹੈਗੇ ਆ। ਅਤੇ ਉਹਨੇ ਉਹ ਕੰਮ ਉਹ ਬੰਦ ਕਰਾਇਆ, ਉਹਨੇ ਤਾਂ ਬਹੁਤ ਵੱਡਾ ਇੱਕ ਧੱਕਾ ਹੋਣ ਵਾਲਾ ਸੀਗਾ ਪੰਜਾਬੀਆਂ ਨਾਲ, ਮੋਸਟਲੀ ਪੰਜਾਬੀ ਸੀ ਉਦੋਂ, ਸਾਰੇ ਹੰਡੂਰਸ ਵਾੜ ਦੇਣੇ ਸੀ ਉਹਨੇ। ਉਹ ਤੋਂ ਲਾ ਕੇ ਫਿਰ ਜਿੰਨਾ ਵੀ ਇੱਕ ਗੋਲਡ ਮਾਈਂਡ ਉਹਨੇ ਖਰੀਦਿਆ, ਯਾਨੀ ਕਿ ਕਮਿਊਨਿਟੀ ਦੇ ਨਾਂ 'ਤੇ ਵਿਕਟੋਰੀਆ ਵਿੱਚ, ਕਿ ਉਹਨਾਂ ਦੀ ਵਿਜ਼ਨ ਜਿਹੜੀ ਹੈ ਨਾ, ਆਈ ਥਿੰਕ ਆਰਡੀਨਰੀ ਬੰਦੇ ਨਾਲ ਉਹ 100 ਗੁਣਾ ਜ਼ਿਆਦਾ ਹੋਣੀ ਉਸ ਟਾਈਮ 'ਤੇ। ਅਤੇ ਫਿਰ ਇੱਥੇ ਆ ਕੇ ਜੋ ਮੂਵਮੈਂਟ ਸੈੱਟ ਕੀਤੀ, ਗਦਰ ਲਹਿਰ, ਗੁਰੂ ਘਰ ਬਣਾਉਣਾ, ਬਾਈ ਲਾਜ ਬਣਾਉਣੇ, ਉਹਨਾਂ ਦਾ ਹਰੇਕ ਥਾਂ ਕੈਨੇਡਾ ਅਮੈਰੀਕਾ 'ਚ, ਆਈ ਥਿੰਕ ਉਹ ਜੇ ਆਪਾਂ 1910 ਤੋਂ ਲਾ ਕੇ 20-30 ਦੇ ਰੱਖੀਏ, ਉਹਨਾਂ ਦਾ ਨਾਂ ਤੁਹਾਨੂੰ ਹਰੇਕ ਕੰਮ ਵਿੱਚ ਮਿਲ ਸਕਦਾ ਹੈ। ਜੀ ਜੀ, ਮਨਜੀਤ ਸਿੰਘ ਜੀ, ਸੰਤ ਤੇਜਾ ਜੀ ਨੂੰ ਸੰਤ ਅਤਰ ਮਹਾਰਾਜ ਜੀ ਨੇ ਇੱਕ ਵਚਨ ਦਿੱਤਾ ਕਿ ਜਾ ਪੜ੍ਹ ਲਿਖ ਅਤੇ ਗੁਰਦੁਆਰੇ ਬਣਾ, ਅਤੇ ਉਹ ਉਸ ਚੀਜ਼ ਨੂੰ ਉਹਨਾਂ ਨੇ ਇੱਥੇ ਆ ਕੇ ਇਹਦੀ ਸ਼ੁਰੂਆਤ ਉਸ ਤੁਸੀਂ ਕਹਿ ਲਓ ਉਸ ਗੱਲ ਕਰਕੇ ਹੋਈ, ਜਾਂ ਇੱਥੇ ਦੀ ਕੋਈ ਇੱਦਾਂ ਦੀ ਸਿਚੁਏਸ਼ਨ ਡਿਵੈਲਪ ਹੋ ਰਹੀ ਸੀ ਉਸ ਟਾਈਮ ਕਿ ਉਹਨਾਂ ਨੂੰ ਲੱਗਿਆ ਕਿ ਨਹੀਂ ਇੱਥੇ ਗੁਰਦੁਆਰਾ ਬਣਨਾ ਚਾਹੀਦਾ? ਆਈ ਥਿੰਕ ਦੋ ਚੀਜ਼ਾਂ ਉਹ ਕਾਊਂਟ ਕਰਦੀਆਂ। ਇੱਕ ਤਾਂ ਦੇਖੋ ਜਿਹੜਾ ਉਹਨਾਂ ਦਾ ਵਿਜ਼ਨ ਸੀ, ਸੰਤ ਅਤਰ ਸਿੰਘ ਹੋਣਾ ਦੀ ਵਿਜ਼ਨ ਸੀ ਗੁਰਦੁਆਰਿਆਂ ਦੀ, ਇੱਕ ਇੱਥੇ ਦਾ ਮਾਹੌਲ ਦੇਖਿਆ ਬਈ, ਦੇਖੋ ਨਾਲੇ ਪੰਜਾਬੀਆਂ ਦਾ ਵੀ, ਜਿੱਥੇ ਗੁਰੂ ਘਰ ਘਰ ਪਹਿਲਾਂ ਬਾਅਦ 'ਚ ਬਣਾਓਗੇ, ਪਹਿਲਾਂ ਗੁਰੂ ਘਰ ਬਣਾਓਗੇ, ਉਸ ਚੀਜ਼ ਨੂੰ ਮੁੱਖ ਰੱਖ ਕੇ, ਕਿਉਂ ਸਾਡਾ ਸਭ ਕੁਛ ਗੁਰੂ ਘਰ ਵਾ। ਅਸੀਂ ਖੁਸ਼ੀ ਵੇਲੇ ਵੀ ਇੱਥੇ ਆਉਣਾ, ਗਮੀ ਵੇਲੇ ਵੀ ਆਉਣਾ, ਸਾਡਾ ਭਾਈਚਾਰਕ ਵੀ ਸਾਰਾ ਗੁਰਦੁਆਰੇ ਨਾਲ ਰਿਲੇਟਡ ਵਾ ਮੋਸਟਲੀ, ਉਸ ਚੀਜ਼ ਨੂੰ ਮੁੱਖ ਰੱਖ ਕੇ ਉਹਨੇ ਗੁਰਦੁਆਰਾ ਬਣਾਉਣਾ। ਹਾਂ, ਬਾਕੀ ਦੇਖੋ ਬਾਕੀ ਸਾਰੀ ਕਮਿਊਨਿਟੀ, ਵਿਸਾਖਾ ਸਿੰਘ ਜੀ, ਜਵਾਲਾ ਸਿੰਘ ਜੀ, ਜਿੰਨੇ ਵੀ ਸਿੱਖ, ਉਹਨਾਂ ਸਾਰਿਆਂ ਦੀ ਹਿਸਟਰੀ ਦੇਖੋ, ਸਾਰੇ ਗੁਰੂ ਘਰ ਨੂੰ ਉਹਨੇ ਪਹਿਲ ਦਿੱਤੀ ਹੈ ਆਪਣੇ ਬਿਜ਼ਨਸ ਨਾਲੋਂ, ਆਪਣੇ ਕੰਮ ਨਾਲੋਂ ਪਹਿਲਾਂ, ਕਿ ਪੰਜਾਬੀਆਂ ਦੀ ਇੱਕ ਖਾਸੀਅਤ ਆ, ਆਪਣੇ ਗੁਰੂ ਦਾ ਘਰ ਉਹ ਜ਼ਰੂਰ ਬਣਾਊਗਾ ਜਿੱਥੇ ਮਰਜ਼ੀ ਬੈਠੇ। ਬਿਲਕੁਲ ਬਿਲਕੁਲ, ਬਟ ਇਸ ਜੋ ਇੱਥੇ ਗੁਰਦੁਆਰਾ ਉਹਨਾਂ ਨੇ ਬਣਾਇਆ, ਉਸ ਟਾਈਮ
ਸਟੋਕਟਨ ਦੇ ਵਿੱਚ ਇਹ ਮਤਲਬ ਇੱਕ ਦੋ ਤਿੰਨ ਹੀ ਬਿਲਡਿੰਗਸ ਸੀਗੀਆਂ ਅਤੇ ਉਸ ਟਾਈਮ ਸਟੋਕਟਨ ਜੋ ਸ਼ਹਿਰ ਡਿਵੈਲਪ ਹੋਇਆ ਅਤੇ ਸਾਡੀ ਕਮਿਊਨਿਟੀ ਦੀ ਉਹਦੇ ਨਾਲ ਦੇ ਨਾਲ ਗਰੋਥ ਹੋਈ ਹੈ, ਉਹ ਕਿਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਸੀਗੀ? ਦੇਖੋ, ਸਟੋਕਟਨ ਦੀ ਗਰੋਥ 1986 ਤੋਂ ਬਾਅਦ ਹੋਈ ਹੈ। ਇੱਥੇ ਕਮਿਊਨਿਟੀ ਬਹੁਤ ਘੱਟ ਸੀਗੀ ਮੋਸਟਲੀ, ਕਿਉਂ ਇੱਕ ਸੈਂਟਰ ਕਰਕੇ ਆਪਣੇ ਪੁਰਾਣੇ ਬਜ਼ੁਰਗ ਜਿਹੜੇ 1910 ਤੋਂ ਸਾਰੇ ਇਸ ਏਰੀਏ 'ਚ ਕੰਮ ਕਰਦੇ ਕਰਕੇ ਇੱਥੇ ਬਣਾਇਆ, ਅਤੇ ਬਾਕੀ ਯੂਬਾਸਟੀ ਬੇਕਰਸਫੀਲਡ ਫ੍ਰੈਜ਼ਨੋ ਤੋਂ ਸੰਗਤ ਇੱਥੋਂ ਰੇਲਵੇ ਸਟੇਸ਼ਨ ਲਾਗੇ ਕਰਕੇ ਇੱਕ ਸੈਂਟਰ ਪੁਆਇੰਟ ਸੀਗਾ, ਇੱਥੇ ਸਾਰਿਆਂ ਰਲ ਕੇ ਗੁਰਦੁਆਰਾ ਬਣਾਇਆ। ਉਹ ਤੋਂ ਬਾਅਦ ਜੋ ਜਿਹੜੀ ਸਟਾਕਟਨ ਦੀ ਹਿਸਟਰੀ ਆ, ਸਟਾਕਟਨ ਦੀ ਤਾਂ ਪਾਪੂਲੇਸ਼ਨ ਸਾਰੀ ਆਈ ਥਿੰਕ 5 ਜਾਂ 10 ਹਜ਼ਾਰ ਸੀ ਜਿਹੜੀ ਸਿਟੀ ਦੀ ਪਾਪੂਲੇਸ਼ਨ ਸੀ। ਟੈਰੀਟੋਰੀ ਸਟਾਕਟਨ ਦੀ ਬਹੁਤ ਵੱਡੀ ਹੈ, ਪਰ ਪਾਪੂਲੇਸ਼ਨ ਜੇ ਤੁਸੀਂ ਪੁਰਾਣੀਆਂ ਬਿਲਡਿੰਗਾਂ ਦੇਖੋ, ਗੁਰੂ ਘਰ ਸਟਾਕਟਨ ਦੀ ਬਿਲਡਿੰਗ ਦੇਖੋ, ਜਿਹੜੀਆਂ ਗੁਰੂ ਸਟਾਕਟਨ ਦੀਆਂ ਹਿਸਟੋਰਿਕ ਬਿਲਡਿੰਗ ਉਹਨਾਂ ਨਾਲ ਮੈਚ ਕਰਦੀ ਆ। ਆਰਕੀਟੈਕਟ ਸਾਰਾ ਉਹੀ ਸਟਾਈਲ ਆ, ਉਸ ਹਿਸਾਬ ਨਾਲ ਬਣਾਇਆ ਗਿਆ। ਅੱਜ ਇੰਨਾ ਏਰੀਆ ਸਾਰਾ ਖਾਲੀ ਹੁੰਦਾ ਜੀ, ਫਾਰਮ ਲੈਂਡ ਸੀਗਾ, ਇੱਥੇ ਕੁਛ ਨਹੀਂ ਸੀ ਜਦੋਂ ਗੁਰੂ ਘਰ ਬਣਾਇਆ। ਇੱਥੇ 2-3 ਲਾਟਾਂ ਲੈ ਕੇ ਉਹਨੇ ਜਾਣੀ ਸ਼ੁਰੂਆਤ ਕੀਤਾ। ਹਾਂ, ਦੇਖੋ ਜਿੱਦਾਂ ਕਮਿਊਨਿਟੀ ਗਰੋ ਹੋਈ ਹੈ ਏਡੀ ਤੋਂ ਬਾਅਦ ਸਾਡੀ ਹੋਈ ਆ, ਪਰ ਗੁਰੂ ਘਰ ਸਟਾਕਟਨ 'ਚ ਹੁਣ ਤੁਹਾਨੂੰ ਮੇਅਰ ਦੀ ਚਿੱਠੀ ਦਿਖਾ ਲਈ ਸੀ 1919 ਵਾਲੀ। ਦੇਖੋ, ਸਿੱਖਾਂ ਦਾ ਉਦੋਂ ਵੀ ਮੇਅਰ ਸਿਟੀ ਨਾਲ ਕਨੈਕਸ਼ਨ ਸੀਗੇ, ਮੇਅਰ ਤੋਂ ਚਿੱਠੀ ਲਿਖਾਉਣੀ, ਪੁਲਿਸ ਚੀਫ ਤੋਂ ਚਿੱਠੀ ਲਿਖਾ ਕੇ ਆਪਣੇ ਹੱਕਾਂ ਲਈ ਗੱਲ ਕਰਾਉਣੀ ਗਵਰਨਰ ਕੋ, ਇਹਦਾ ਇਹ ਲੱਗਦਾ ਵੀ ਹਾਂ ਵੀ ਉਹਨਾਂ ਦੇ ਵਰਕ ਕਨੈਕਟਡ, ਤੇ ਫੰਡਿੰਗ ਜ਼ਰੂਰ ਦਿੰਦੇ ਹੋਊਗੇ, ਸਿਟੀ ਕਾਲੋਂ ਲਿਖਿਆ ਵੀ ਫੰਡ ਦਿੰਦੇ ਆ, ਵੋਟ ਦੇ ਵਿੱਚ ਇਹਨੇ ਕਾਫੀ ਬਾਂਡ ਖਰੀਦੇ ਆ। ਯਾਨੀ ਕਿ ਸਿੱਖ ਕਮਿਊਨਿਟੀ ਹਮੇਸ਼ਾ ਇਨਵੋਲਵ ਰਹੀ ਹੈ ਜਿੱਥੇ ਵੀ ਜਾਂਦੀ ਆ, ਯਾਨੀ ਕਿ ਆਪਣੇ ਆਪ ਨੂੰ ਹੁਣ ਵੀ ਇੱਦਾਂ ਹੀ ਆ। ਯਾਨੀ ਕਿ ਨੋ, ਬਟ ਇਸ ਚੀਜ਼ ਬਾਰੇ ਸੁਣ ਕੇ ਕਿ ਇਹ ਸਿਰਫ ਅੱਜ ਦੀ ਕੋਈ ਗੱਲ ਨਹੀਂ ਹੈਗੀ, ਕਿੰਨੇ ਪੁਰਾਣੇ ਸਮੇਂ ਤੋਂ ਅਬਰੋਡ ਦੇ ਵਿੱਚ ਇਹ ਪਰੰਪਰਾ ਕਾਇਮ ਰੱਖੀ। ਅਮਰਜੀਤ ਸਿੰਘ ਜੀ, ਜੋ ਅਗਰ ਆਪਾਂ ਗੁਰਦੁਆਰੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਗੱਲ ਕਰਦੇ ਹਾਂ, ਤੁਸੀਂ ਸਾਨੂੰ ਪਹਿਲੇ ਵੀ ਦੱਸ ਰਹੇ ਸੀ ਲੋਕੀ ਆਉਂਦੇ ਆ ਇੱਥੇ, ਕਿਸ ਤਰ੍ਹਾਂ ਦੇ ਪ੍ਰੋਗਰਾਮਸ ਗੁਰਦੁਆਰੇ ਵਿੱਚ ਕੀਤੇ ਜਾਂਦੇ ਆ ਅਤੇ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ? ਦੇਖੋ ਜੀ, ਜਿਵੇਂ ਹੁਣ ਅੱਜ ਜੂਨ ਦਾ ਮਹੀਨਾ ਚੱਲ ਰਿਹਾ ਆ, 1984 ਦੇ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਆ ਹਰੇਕ ਸਾਲ ਇੱਥੇ, ਕਿਉਂਕਿ ਸ਼ਹੀਦਾਂ ਦਾ ਸਥਾਨ ਆ, ਕੋਈ ਵੀ ਸ਼ਹੀਦੀ ਦਿਹਾੜਾ ਹੁੰਦਾ ਆ ਅਸੀਂ ਉਹਨੂੰ ਹਮਹਮਾ ਕੇ ਮਨਾਉਂਦੇ ਹਾਂ, ਵਿਦਆਊਟ ਕਿਸੇ ਦੇ ਡਰ ਤੋਂ, ਕਿਸੇ ਦੇ ਫੀਅਰ ਤੋਂ। ਅਤੇ ਨਾਲ ਹੀ ਜੋ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਆ ਉਹ ਮਨਾਇਆ ਜਾਂਦਾ ਆ, ਅਤੇ ਅੱਜ ਜਿਵੇਂ ਆ ਇਸ ਵੀਕ ਦਾ ਜੋ ਦਿਹਾੜੇ ਆ ਜਿਸ ਦੇ ਵਿੱਚ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਲੰਘਿਆ, ਅਤੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, ਉਸ ਦੇ ਸੰਬੰਧ ਵਿੱਚ ਅੱਜ ਸਾਰਾ ਪ੍ਰੋਗਰਾਮ ਹੋਇਆ, ਅਤੇ ਨਾਲ ਹੀ ਇਸੇ ਤਰ੍ਹਾਂ ਹੀ ਸਾਡੇ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ, ਅਤੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਜੋ ਹਨ ਦਸੰਬਰ ਦੀਆਂ ਲਾਸਟ 2 ਵੀਕਾਂ, ਉਹ ਵੀ ਬੜੇ ਧੂਮਧਾਮ ਨਾਲ ਮਨਾਈਆਂ ਜਾਂਦੀਆਂ ਆ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਜਾਂਦਾ ਆ, ਫਿਰ ਉਸ ਤੋਂ ਉਪਰੰਤ ਜੋ ਖਾਲਸਾ ਜੀ ਦਾ ਸਾਜਨਾ ਦਿਵਸ ਆ ਜੋ 1699 ਦੀ ਵਿਸਾਖੀ ਵਾਲੇ ਦਿਨ ਹੋਇਆ ਸੀਗਾ, ਉਸ ਦਿਨ ਦੇ ਉੱਤੇ ਹਰੇਕ ਸਾਲ ਨਗਰ ਕੀਰਤਨ ਇੱਥੇ ਹੁੰਦਾ ਆ, ਅਤੇ ਉਸ ਨਗਰ ਕੀਰਤਨ ਦੇ ਵਿੱਚ ਨਿਊਯਾਰਕ, ਕੈਨੇਡਾ, ਇੰਗਲੈਂਡ ਜਾਂ ਹੋਰ ਯੂਰਪ ਦੀਆਂ ਕੰਟਰੀਆਂ ਤੋਂ ਵੀ ਸੰਗਤ ਆਉਂਦੀ ਆ ਜਿਨ੍ਹਾਂ ਨੂੰ ਇਸ ਅਸਥਾਨ ਦੇ ਨਾਲ ਪਿਆਰ ਆ, ਕਿਉਂਕਿ ਜਿਹੜਾ ਇੱਕ ਅਸਥਾਨ ਗੁਰੂ ਘਰ ਹਰ ਟੌਨਾ ਦੇ ਵਿੱਚ ਹੈਗੇ ਆ, ਮੁਬਾਰਕ ਆ ਸਾਰਿਆਂ ਨੂੰ, ਪਰ ਕੋਈ ਬੰਦਗੀ ਵਾਲਾ ਅਸਥਾਨ ਘੱਟ ਹੀ ਹੁੰਦਾ ਆ ਜਿਸ ਨੂੰ ਉਹਨਾਂ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਹੁੰਦੀ ਹੈ। ਜੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੇਨਤੀ ਕੀਤੀ ਸੀ ਕਿ ਤੁਸੀਂ ਉਸ ਚੀਜ਼ ਨੂੰ ਇਸ ਅਸਥਾਨ 'ਤੇ ਆ ਕੇ ਫੀਲ ਕਰ ਸਕਦੇ ਹਾਂ, ਜਦੋਂ ਤੁਸੀਂ ਉਹਨਾਂ ਦੀ ਫੀਲਿੰਗ ਲੈਂਦੇ ਆ ਤਾਂ ਤੁਹਾਨੂੰ ਤੁਹਾਡੇ ਬਜ਼ੁਰਗ, ਤੁਹਾਡੇ ਮਾਂ ਬਾਪ ਦੇ ਨਾਲ ਆਟੋਮੈਟਿਕਲੀ ਤੁਸੀਂ ਕਨੈਕਟ ਹੋ ਜਾਂਦੇ। ਹੁਣ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਗਦਰੀ ਬਾਬੇ ਉਸ ਵੇਲੇ ਜੰਗ ਸਨ, ਰਾਜਾ ਆਪਾਂ ਉਹਨਾਂ ਨੂੰ ਬਾਬੇ ਕਹਿੰਦੇ, ਪਰ ਗੁਰੂ ਨਾਨਕ ਮਹਾਰਾਜ ਦੇ ਵੇਲੇ ਚੱਲੋ ਬਾਬਾ ਬੁੱਢਾ ਜੀ ਦੀ ਉਮਰ ਬਹੁਤ ਛੋਟੀ ਸੀ। ਬਾਬਾ ਬੁੱਢਾ ਜੀ ਦੇ ਕੋਲੋਂ ਜਦੋਂ ਉਹਨੇ ਕਿਹਾ ਵੀ ਜਦੋਂ ਬਾਬਾ ਬੁੱਢਾ ਜੀ ਨੇ ਕਿਹਾ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ, ਦੁੱਧ ਘਰੋਂ ਲੈ ਕੇ ਆਏ, ਤੇ ਗੁਰੂ ਨਾਨਕ ਮਹਾਰਾਜ ਨੇ ਕਿਹਾ ਵੀ ਤੂੰ ਹੈ ਬੱਚਾ ਪਰ ਤੇਰੀ ਸੋਚ ਬਜ਼ੁਰਗਾਂ ਵਾਲੀ ਆ, ਤੇ ਉਹਨਾਂ ਦਾ ਨਾਂ ਹੀ ਬਾਬਾ ਬੁੱਢਾ ਜੀ ਪੈ ਗਿਆ ਸੀ। ਇਸੇ ਤਰ੍ਹਾਂ ਅੱਜ ਜੋ ਸਾਡੇ ਬਜ਼ੁਰਗ ਉਸ ਵੇਲੇ ਜੰਗ ਹੁੰਦੇ ਸਨ, ਕਿਉਂਕਿ ਇਹ ਸੋਚ ਆ, ਇੱਕ ਜੰਗ ਬੱਚੇ ਦੀ ਸੋਚ ਵੀ ਬੁੱਢਿਆਂ ਵਾਲੀ ਹੋ ਸਕਦੀ ਆ, ਕਿਉਂਕਿ ਜਦੋਂ ਉਸ ਨੂੰ ਆਪਣੇ ਧਰਮ ਦੀ ਆਪਣੀ ਅਹਿਮੀਅਤ ਦਾ ਅਹਿਸਾਸ ਹੋ ਗਿਆ ਕਿ ਮੈਂ ਕੌਣ ਹਾਂ, ਮੇਰੀ ਜ਼ਿੰਦਗੀ ਕਿਹਦੇ ਨਾਲ ਜੁੜੀ ਹੋਈ ਹੈ, ਇਸ ਕਰਕੇ ਇਸ ਸਥਾਨ 'ਤੇ ਆ ਕੇ ਸਾਨੂੰ ਪਤਾ ਲੱਗਾ ਕਿ ਐਕਚੁਲੀ ਹੁਣ ਅਸੀਂ ਵੀ ਮੈਕਸੀਕੋ ਦੇ ਜੰਗਲਾਂ ਦੇ ਥਰੂ ਇੱਥੇ ਪਹੁੰਚੇ ਸੀ, ਪਰ ਜਦੋਂ ਇੱਥੇ ਪਹੁੰਚੇ ਹਾਂ ਤੁਸੀਂ ਬਿਲੀਵ ਕਰਿਓ ਕਿ ਬੇਸ਼ੱਕ ਸਾਡਾ ਪਰਿਵਾਰ ਮੇਰਾ ਇੰਡੀਆ ਸੀਗਾ, ਪਰ ਇੱਥੇ ਆ ਕੇ ਮੈਨੂੰ ਜਿੱਥੇ ਇੱਥੇ ਦੀ ਜਿੰਨੀ ਵੀ ਸੰਗਤ ਆ ਉਹਨੇ ਅਹਿਸਾਸ ਕਰਾਇਆ ਕਿ ਅਸੀਂ ਤੇਰਾ ਪਰਿਵਾਰ ਹਾਂ, ਅਸੀਂ ਤੇਰੇ ਨਾਲ ਖੜੇ ਹਾਂ। ਜੀ, ਕਿੰਨੀ ਵੱਡੀ ਤੁਸੀਂ ਗੱਲ ਕੀਤੀ। ਤੁਸੀਂ ਇਸ ਥਾਂ ਦੀ ਗੱਲ ਕਰ ਰਹੇ ਹੋ, ਮਨਜੀਤ ਸਿੰਘ ਜੀ, ਇੱਥੇ ਅਫਕੋਰਸ ਗੁਰਦੁਆਰਾ ਹੈਗਾ, ਇੱਥੇ ਬਾਬਾ ਜੀ ਦਾ ਪ੍ਰਕਾਸ਼ ਹੁੰਦਾ ਹੈ, ਸਾਰੀ ਪਰੰਪਰਾ ਇੱਥੇ ਮਨਾਈ ਜਾਂਦੀ ਹੈ, ਬਟ ਇੱਥੇ ਇੱਕ
मैं कहांगी हिस्टोरिकल जो सिग्निफिकेंस हैगी भावें तुसी उन्हों एक म्यूजियम के तौर पर लै लो एक लाइब्रेरी के तौर पर लै लो कुछ चीज़ा इत्थे सिर्फ इत्थे ही मिल सकदियां भावें वह प्रिंटिंग प्रेस होए या एक बहुत पुराना बूटा जो इत्थे लग्या होया जो कैलिफोर्निया दे विच नेटिव नहीं है इस जो ये हिस्टोरिकल आर्टिफैक्ट्स हैं इना नू लै के की अगे दा प्लान है की कुछ होर इत्थों किता जाएगा ताकि ये इतिहास ना के सिर्फ प्रिजर्व किता जाए शेयर किता जाए बट इहदे विच होर डूंघाई दे नाल जानकारी पाई जाए। भैन जी असीं 100 साल जो मनाया सी उदों म्यूजियम की ओपनिंग की सी तो चलो थोड़ा जिहा कम स्लो हो गया पर असीं हुण इहदा एक कमेटी के संबंध नाल असीं सारे रल के एक ਇਹਦਾ ਮਿਊਜ਼ੀਅਮ ਬੋਰਡ ਜੁਦਾ ਬਣਾ ਰਹੇ ਹਾਂ ਜਿਹੜਾ ਸਿਰਫ ਮਿਊਜ਼ੀਅਮ 'ਤੇ ਕੰਮ ਕਰੂਗਾ। ਅੱਛਾ ਜੀ। ਕਿਉਂ ਸਾਡੀ ਸੁਫਨਾ ਸੰਗਤ ਇਹ ਆ ਵੀ ਅਸੀਂ ਇਹਨੂੰ ਇੱਕ ਫੁੱਲ ਫਲੈਜ ਮਿਊਜ਼ੀਅਮ ਬਣਾਈਏ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਆ ਕੇ ਇੱਥੇ ਇਹਨੂੰ ਦੇਖ ਸਕਣ ਕਿ ਉਹਨਾਂ ਲਈ ਆਪਾਂ ਯਾਦਗਾਰਾਂ ਛੱਡ ਜਾਈਏ ਕਿ ਉਹਨਾਂ ਨੇ ਤਾਂ ਦੇਖ ਕੇ ਮੈਮਰੀਜ਼ ਆਪਣੀ ਇਤਿਹਾਸ ਨਾਲ ਜੁੜਨਾ ਜੀ ਗਦਰੀ ਬਾਬੇ ਨਾਲ ਤਾਂ ਉਹ ਅਸੀਂ ਹੁਣ ਕੰਮ ਸ਼ੁਰੂ ਕਰਤਾ ਆ ਮੈਂ 1-2 ਮਹੀਨੇ ਦੇ ਵਿੱਚ ਉਹ ਪ੍ਰੋਜੈਕਟ ਸ਼ੁਰੂ ਕਰਾਂਗੇ ਜੀ ਅਤੇ ਇਹਨੂੰ ਜ਼ਰੂਰ ਯਾਨੀ ਕਿ ਉਹਨਾਂ ਦੀ ਯਾਦਗਾਰ ਉਹ ਲਿਖ ਕੇ ਵੀ ਗਏ ਆ ਵੀ ਸਾਡੀ ਯਾਦਗਾਰ ਜ਼ਰੂਰ ਸਾਂਭੀ ਜਾਵੇ ਜੀ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਦੀ ਯਾਦਗਾਰ ਸਾਂਭ ਕੇ ਰੱਖੀਏ। ਬਿਲਕੁਲ ਬਿਲਕੁਲ ਅਮਰਜੀਤ ਸਿੰਘ ਜੀ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਕਿਸ ਤਰ੍ਹਾਂ ਇੱਥੇ ਤੁਸੀਂ ਇਸ ਇਤਿਹਾਸ ਨੂੰ ਬਚਾ ਕੇ ਰੱਖਿਆ ਹੋਇਆ? ਜੀ ਸਾਡਾ ਜਿੱਦਾਂ ਭਾਅ ਜੀ ਨੇ ਦੱਸਿਆ ਕਿ ਸਾਡਾ ਯਤਨ ਇਹੀ ਆ ਕਿ ਇਤਿਹਾਸ ਨੂੰ ਸਾਂਭਣਾ ਅਤੇ ਜਾਂ ਜਦੋਂ ਕੋਈ ਵੀ ਬਾਹਰੋਂ ਕੋਈ ਬੰਦਾ ਆਉਂਦਾ ਆ ਉਹ ਆ ਕੇ ਉਸ ਚੀਜ਼ ਨੂੰ ਦੇਖ ਕੇ ਉਹਦੇ ਨਾਲ ਇਨ ਟੱਚ ਹੋ ਜਾਵੇ, ਉਹਦੀ ਆਤਮਾ ਖਿੱਚੀ ਜਾਵੇ। ਹੁਣ ਤੁਸੀਂ ਪ੍ਰੈਸ ਪਿੱਛੇ ਦੇਖਦੇ ਹੋ, ਤੁਸੀਂ ਪ੍ਰੈਸ ਦੀ ਗੱਲ ਕੀਤੀ, ਰਾਈਟ? ਇਹ ਉਹੀ ਪ੍ਰੈਸ ਆ ਜਦੋਂ ਕਿੱਥੇ ਸਨ ਫਰਾਂਸਿਸਕੋ ਦੇ ਬੈਚ ਇਹਦੇ 'ਤੇ ਪੇਪਰ ਛਾਪਦਾ ਸੀ ਗਦਰ ਗੂੰਜ, ਹਾਂਜੀ, ਅਤੇ ਇੱਥੋਂ ਸਾਈਕਲਾਂ 'ਤੇ ਜਾ ਕੇ ਕਰਤਾਰ ਸਿੰਘ ਹੁਣੀ ਉੱਥੋਂ ਜਾ ਕੇ ਪੇਪਰ ਚੱਕ ਕੇ ਲਿਆ ਕੇ ਵੰਡਦੇ ਹੁੰਦੇ ਸੀ। ਉਹ ਇੱਕ ਸੇਵਾ ਜਿਹੜੀ ਅਸਲੀ ਸੇਵਾ ਸੀ, ਕੋਈ ਉਹਨਾਂ 'ਚ ਪ੍ਰੋਫਿਟ ਨਹੀਂ ਉਹਨਾਂ ਨੂੰ, ਕੋਈ ਉਹਨਾਂ ਨੂੰ ਤਨਖਾਹ ਦਾ ਲਾਲਚ ਨਹੀਂ। ਅਸੀਂ ਚਾਹੁੰਦੇ ਹਾਂ ਕਿ ਇਸ ਮਿਊਜ਼ੀਅਮ ਨੂੰ ਉਸੇ ਤਰੀਕੇ ਦੇ ਨਾਲ ਹੀ ਬਣਾਇਆ ਜਾਵੇ ਕਿ ਜਦੋਂ ਬੰਦਾ ਅੰਦਰ ਆਉਂਦਾ ਆ ਇਸ ਪ੍ਰੈਸ ਦੇ ਕੋਲ ਆ ਕੇ ਉਹਨੂੰ ਕਰਤਾਰ ਸਿੰਘ ਦੀ ਯਾਦ ਆਵੇ, ਉਹਨਾਂ ਗਦਰੀ ਬਾਬਿਆਂ ਦੀ ਯਾਦ ਆਵੇ, ਉੱਥੇ ਉਹਨਾਂ ਦੀ ਸੇਹ ਪਈ ਆ, ਉਹਨਾਂ ਨੂੰ ਦੇਖ ਕੇ ਉਹਨਾਂ ਦੀ ਯਾਦ ਆਵੇ, ਉਹਨਾਂ ਦੀਆਂ ਪਿਕਚਰਾਂ ਲੱਗੀਆਂ ਹੋਣ, ਇਨ ਮਤਲਬ ਡਿਜੀਟਲ ਸਕਰੀਨ ਲੱਗੀ ਹੋਵੇ, ਤੁਸੀਂ ਸੰਤ ਤੇਜਾ ਸਿੰਘ ਬਾਰੇ ਪੜ੍ਹਨਾ, ਬਾਬਾ ਵਿਸਾਖਾ ਸਿੰਘ ਜੀ ਬਾਰੇ ਪੜ੍ਹਨਾ, ਸਕੈਨਿੰਗ ਕੋਡ ਲੱਗਾ ਹੋਵੇ, ਤੁਸੀਂ ਆਓ ਆਪਣਾ ਕੋਡ ਸਕੈਨ ਕਰੋ ਆਪਣੇ ਫੋਨ ਦੇ ਵਿੱਚ, ਇਨਫੋਰਮੇਸ਼ਨ ਡਾਊਨਲੋਡ ਕਰਕੇ ਘਰੇ ਜਾ ਕੇ ਉਹਦੀ ਸਟੱਡੀ ਕਰੋ। ਮਤਲਬ ਬਕਾਇਦਾ ਜਿੱਦਾਂ ਇੱਥੇ ਅਮਰੀਕਾ ਦੇ ਵੱਡੇ ਵੱਡੇ ਮਿਊਜ਼ੀਅਮ ਹਨ ਉਹ ਸੇਮ ਸਟੈਂਡਰਡਸ ਦੇ ਨਾਲ ਜੀ ਇੱਥੇ ਵੀ ਚੀਜ਼ਾਂ ਲੋਕੀ ਇੰਜੋਏ ਕਰ ਸਕਣਗੇ ਜੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਸੰਗਤ ਸਾਡੇ ਨਾਲ ਆ ਸਾਰੀ, ਜਿੱਦਾਂ ਅਸੀਂ ਇਸ ਚੀਜ਼ ਨੂੰ ਉਸੇ ਤਰੀਕੇ ਨਾਲ ਬਣਾਵਾਂਗੇ ਜਿਸ ਤਰੀਕੇ ਨਾਲ ਅਮੈਰੀਕਨ ਮਿਊਜ਼ੀਅਮ ਹੁੰਦੇ ਆ, ਕਿਉਂਕਿ ਜਦੋਂ ਤੁਸੀਂ ਉਹਨਾਂ ਦੇ ਅੰਦਰ ਜਾਂਦੇ ਆ ਤੁਹਾਨੂੰ ਫੀਲਿੰਗ ਆਉਂਦੀ ਆ ਉੱਥੇ ਜਾਣ ਦੀ, ਇੱਥੇ ਵੀ ਤੁਹਾਨੂੰ ਆ ਕੇ ਗਦਰੀ ਬਾਬਿਆਂ ਦਾ ਅਹਿਸਾਸ ਹੋਵੇ, ਤੁਹਾਡੀ ਆਤਮਾ ਆਟੋਮੈਟਿਕ ਲਿਖਿਆ ਚ ਕੇ ਤੁਹਾਨੂੰ ਟੱਚ ਮਹਿਸੂਸ ਹੋਵੇ ਉਹਨਾਂ ਜੀ। ਹਾਂਜੀ, ਗੱਲ ਐਡ ਕਰਨੀ ਆ ਉਹਦੇ ਵਿੱਚ, ਜਦੋਂ ਸ਼ੁਰੂ ਕੀਤਾ ਸੀ ਨਾ, ਦੇਖੋ ਸਾਡੇ ਕੋਲ ਲਿਸਟਾਂ ਪਈਆਂ ਸੇਫ ਦੇ ਵਿੱਚ ਜਿਹੜੇ ਡੋਨੇਸ਼ਨ ਆਏ ਹੋ ਆ, ਬਜ਼ੁਰਗਾਂ ਕਿਸੇ ਨੇ ਡਾਲਾ ਦਿੱਤਾ, ਕਿਸੇ ਨੇ 1.25 ਡਾਲਾ, ਕਿਸੇ ਕੋਲ ਉਦੋਂ ਇੱਦਾਂ ਦਿੰਦੇ ਹੁੰਦੇ ਸੀਗੇ। ਹੁਣ ਸਾਡੇ ਕੋਲ ਬੰਦੇ ਆਉਂਦੇ ਪੁਰਾਣੇ, ਕਹਿੰਦੇ ਮੇਰਾ ਬਾਬਾ ਸੀਗਾ, ਅਸੀਂ ਉਹ ਚੀਜ਼ਾਂ ਇੱਥੇ ਲਾਵਾਂਗੇ ਲਿਸਟਾਂ ਉਹਨਾਂ ਦੀਆਂ, ਵੀ ਅਗਲਾ ਆਪਣਾ ਨਾਂ ਪੜ੍ਹਦੇ ਕੋਲ ਲਿਖਿਆ ਵੀ ਕਿੱਥੇ ਦਾ ਸੀਗਾ, ਕਿਹੜਾ ਪਿੰਡ ਸੀਗਾ, ਯਾਨੀ ਕਿ ਉਹ ਚੀਜ਼ਾਂ ਆਪਾਂ ਸਾਰੀਆਂ ਜਦੋਂ ਡਿਜੀਟਲਾਈਜ਼ ਕਰਕੇ, ਜੇ ਕੋਈ ਇੱਥੇ ਦੇਖਣਾ ਚਾਹੁੰਦਾ ਵੀ ਮੇਰਾ ਗ੍ਰੈਂਡਫਾਦਰ ਇੱਥੇ ਰਹਿੰਦਾ ਹੁੰਦਾ ਸੀ, ਸ਼ਾਇਦ ਉਹਦਾ ਨਾਂ ਉਹਦੇ ਵਿੱਚ ਆ ਜਾਵੇ, ਜੇ ਉਹ ਡਾਲਾ ਵੀ ਦਿੱਤਾ ਹੋਇਆ, ਕਿ ਸਾਰਾ ਬਜ਼ੁਰਗਾਂ ਨੇ ਸਾਂਭ ਕੇ ਰੱਖਿਆ ਹੈ ਉਹ ਸਾਰਾ ਸਿਸਟਮ, ਅਤੇ ਸਾਡੇ ਕੋਲ ਪਲੈਟਫਾਰਮ ਨਹੀਂ ਬਣਿਆ ਜੋ ਬਣਗੇ ਉਹਨੂੰ ਡਿਜੀਟਲਾਈਜ਼ ਕਰਕੇ ਉਹ ਸਾਰਾ ਅਸੀਂ ਪਾਵਾਂਗੇ ਵੈਬਸਾਈਟ 'ਤੇ ਵੀ ਪਾਵਾਂਗੇ ਇੱਥੇ ਵੀ, ਕਿਉਂ ਦੇਖੋ ਕੋਈ ਨਿਊਯਾਰਕ ਆਇਆ ਜਾਂ ਸ਼ਾਇਦ ਬਜ਼ੁਰਗ ਇੱਥੇ ਪਹਿਲਾਂ 100 ਸਾਲ ਆਇਆ ਹੋਵੇ, ਅਗਲਾ ਚਾਹੁੰਦਾ ਵੀ ਮੇਰਾ ਵੀ ਕੋਈ ਹੋਵੇ ਨਾ, ਯਾਨੀ ਕਿ ਉਹ ਚੀਜ਼ ਅਸੀਂ ਜ਼ਰੂਰ ਕਰਾਂਗੇ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਚੀਜ਼ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ, ਬਿਕੋਜ਼ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਰਹੇ ਸੀ ਮਨਜੀਤ ਸਿੰਘ ਜੀ ਕਿ ਤੁਹਾਡੇ ਨਾਨਾ ਜੀ ਆਏ ਸੀ, ਕਿੰਨੀ ਪੁਰਾਣੀ ਗੱਲ ਹੈ, ਬਟ ਉਹਨਾਂ ਦੀ ਤਸਵੀਰ ਵੀ ਨਹੀਂ ਹੈਗੀ ਪਰਿਵਾਰ ਦੇ ਕੋਲ, ਸੋ ਇੱਦਾਂ ਦੇ ਕਿੰਨੇ ਪਰਿਵਾਰ ਹਨ ਜਿਨ੍ਹਾਂ ਦਾ ਇਤਿਹਾਸ ਇੱਥੇ ਸਜਿਆ ਹੋਇਆ, ਬਟ ਸ਼ਾਇਦ ਉਹਨਾਂ ਨੂੰ ਆਪ ਨੂੰ ਪਤਾ ਨਾ ਹੋਏ, ਸੋ ਇਸ ਚੀਜ਼ ਬਾਰੇ ਆਮ ਸੋ ਗਲੈਡ ਕਿ ਵਿਊਰਸ ਤੁਸੀਂ ਦੱਸਿਆ। ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਕੁਝ ਹੋਰ ਖਾਸ ਗੈਸਟ ਤੁਹਾਡੇ ਨਾਲ ਪੇਸ਼ ਕਰਾਂਗੇ, ਕਿੱਥੇ ਨਾ ਜਾ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। ਸਾਨੂੰ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਟਾਕਟਨ ਗੁਰਦੁਆਰੇ ਤੋਂ ਤੁਹਾਡੇ ਨਾਲ ਅੱਜ ਇਹ ਸਪੈਸ਼ਲ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਅਤੇ ਵੱਖ ਵੱਖ ਇੱਥੇ ਦੀ ਕਮਿਊਨਿਟੀ ਮੈਂਬਰਸ ਲੀਡਰਸ ਕਹਿ ਲਓ ਐਂਡ ਜੋ ਇਸ ਇਤਿਹਾਸਿਕ ਗੁਰਦੁਆਰੇ ਦੇ ਨਾਲ ਜੁੜੇ ਹੋਏ ਵੱਖ ਵੱਖ ਸੰਗਤ ਦੇ ਮੈਂਬਰਸ ਹਨ ਉਹ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਪੇਸ਼ ਹੋਏ। ਮੈਂ ਇੱਕ ਵਾਰੀ ਫਿਰ ਸਾਡੇ ਗੈਸਟ ਨੂੰ ਸਵਾਗਤ ਕਰਦੀ ਹਾਂ, ਸਾਡੇ ਨਾਲ ਹੁਣ ਜੁੜ ਰਹੇ ਹੈ ਪੌਲ ਸਿੰਘ ਜੀ ਜੋ ਕਿ ਕਰੰਟ ਪ੍ਰਧਾਨ ਹੈਗੇ ਗੁਰਦੁਆਰੇ ਦੇ, ਐਂਡ ਕੁਲਜੀਤ ਸਿੰਘ ਨਿੱਜਰ ਜੀ। ਤੁਹਾਨੂੰ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੌਲ ਜੀ, ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗੀ। ਇਸ ਗੁਰਦੁਆਰੇ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਜੋ ਵੱਖ ਵੱਖ ਮੁਲਕਾਂ ਤੋਂ, ਸ਼ਹਿਰਾਂ ਤੋਂ ਸਾਨੂੰ ਵੇਖ ਰਹੀਆਂ, ਕਿ ਉਹ ਇੱਥੇ ਆਉਣ, ਇੱਥੇ ਦੀ ਜੋ ਇਤਿਹਾਸ ਹੈ ਉਹਨੂੰ ਵੇਖਣ, ਉਹਨੂੰ ਮਹਿਸੂਸ ਕਰਨ? ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਬਾਰੇ? ਭੈਣ ਜੀ, ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ, ਜਸ ਪੰਜਾਬੀ ਜਿੰਨੇ ਵੀ ਤੁਸੀਂ ਸਾਰੇ ਇੱਥੇ ਆਏਗੇ, ਅਤੇ ਬਾਕੀ ਅਸੀਂ ਹਰ ਇੱਕ ਨੂੰ ਕਹਾਂਗੇ ਵੀ ਜ਼ਰੂਰ ਮਹਾਰਾਜ ਦੀ ਕਿਰਪਾ ਨਾਲ ਇੱਥੇ ਆਓ ਅਤੇ ਵੇਖੋ ਗੁਰੂ ਘਰ ਸਟਾਕਟਨ ਦੀ ਆਪਣੀ ਮਰਜ਼ਾਦਾ ਤਾਂ ਆਪਣਾ ਹੀ ਸਭ ਕੁਛ ਹੈ, ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਸਭ ਕੁਛ। ਜੀ ਜੀ, ਥੈਂਕ ਯੂ ਸੋ ਮੱਚ ਪੌਲ ਸਿੰਘ ਜੀ। ਕੁਲਜੀਤ ਸਿੰਘ ਜੀ, ਇਸ ਗੁਰਦੁਆਰੇ ਦੇ ਵਿੱਚ ਵੱਖ ਵੱਖ ਕੋਸ਼ਿਸ਼ਾਂ ਹੋ ਰਹੀਆਂ ਕਿ ਯੂਥ ਨੂੰ ਜੋੜਿਆ ਜਾਏ, ਨਾ ਕਿ ਸਿਰਫ ਸਾਡੀ ਸਿੱਖੀ ਦੇ ਨਾਲ, ਬਟ ਜੋ ਇੱਥੇ ਦਾ ਇੱਕ ਯੂਨੀਕ ਇਤਿਹਾਸ ਹੈ ਉਹਦੇ ਨਾਲ। ਕੀ ਤੁਸੀਂ ਯੂਥ ਨੂੰ ਕਹਿਣਾ ਚਾਹੋਗੇ ਤਾਂ ਕਿ ਉਹ ਇੱਥੇ ਆ ਕੇ ਇੱਥੇ ਦੇ ਇਤਿਹਾਸ ਨੂੰ ਸਮਝਣ, ਸਿੱਖਣ ਅਤੇ ਗਾਂ ਅੱਗੇ ਆਪਣੇ ਕਲਚਰ ਦੇ ਨਾਲ ਹੋਰ ਜੁੜਨ? ਇੱਥੇ ਸਟਾਕਟਨ ਗੁਰਦੁਆਰੇ 'ਤੇ ਆਉਣ 'ਤੇ ਤੁਹਾਡਾ ਸਭ ਦਾ ਸਵਾਗਤ ਅਸੀਂ ਕਰਦੇ ਹਾਂ, ਜਸ ਪੰਜਾਬੀ ਦਾ ਮੈਨੇਜਮੈਂਟ ਵੱਲੋਂ, ਸੰਗਤ ਵੱਲੋਂ। ਗੁਰਦੁਆਰਾ ਸਾਹਿਬ ਇਹ ਇੱਕ ਮਾਰਗਦਰਸ਼ਨ ਜਿਹੜਾ ਸਾਡੇ ਬਜ਼ੁਰਗਾਂ ਨੇ ਬਣਾਇਆ ਸਾਡੇ ਆਉਣ ਵਾਲੀਆਂ ਨਸਲਾਂ ਦੇ ਲਈ, ਉਹਨਾਂ ਦੀ ਅਪਰੋਚ ਹੀ ਪਹਿਲਾਂ ਇੱਥੋਂ ਸ਼ੁਰੂ ਹੋਈ ਸੀ ਕਿ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨਾ, ਜਿਵੇਂ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਵਜ਼ੀਫਾ, ਅਤੇ ਸਨਿਆਲ ਜੋ ਉਹ ਸੀ, ਪੰਜ ਜਿਹੜੇ ਵਿਦਿਆਰਥੀ ਉਦੋਂ ਉਹਨਾਂ ਨੂੰ ਉਹਨਾਂ ਵਜ਼ੀਫੇ 'ਤੇ ਇੱਥੇ ਸੱਦ ਕੇ ਐਜੂਕੇਸ਼ਨ ਦਿੱਤੀ। ਉਸ ਤੋਂ ਬਾਅਦ ਜਿਹੜੇ ਜਿੰਨੇ ਕੁ 70 ਤੱਕ ਜਿੰਨੇ ਕੁ ਲੋਕ ਇੱਥੇ ਆਏ ਨੇ, ਉਹ ਕਿਸੇ ਨਾ ਕਿਸੇ ਤਰ੍ਹਾਂ ਸਟਾਕਟਨ ਗੁਰਦੁਆਰੇ ਨਾਲ ਜੁੜੇ ਰਹੇ ਨੇ। ਉਹਨਾਂ ਨੇ ਇੱਥੇ ਬਰਕਲੀ ਪੜ੍ਹਦੇ ਹੋਣ, ਕਿਸੇ ਹੋਰ ਯੂਨੀਵਰਸਿਟੀ ਪੜ੍ਹਦੇ ਹੋਣ, ਕੁਛ ਸਮਾਂ ਉਹ ਇੱਥੇ ਜ਼ਰੂਰ ਰਹੇ ਨੇ, ਅਤੇ ਉਹ ਅਜੇ ਵੀ ਬਹੁਤ ਸਾਰੇ ਜੀਂਦੇ ਨੇ ਔਰ ਚੰਗੀਆਂ ਵਧੀਆ ਜੌਬਾਂ 'ਤੇ ਨੇ। ਸੋ ਇਹੋ ਹੀ ਉਪਰਾਲਾ ਸਟਾਕਟਨ ਗੁਰੂ ਘਰ ਦਾ ਹੈ, ਜਿਹੜਾ ਅਸੀਂ ਆਉਣ ਵਾਲੇ ਫਿਊਚਰ 'ਚ ਵੀ ਸ਼ੁਰੂ ਕਰ ਰਹੇ ਹਾਂ, ਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ 'ਤੇ ਜਾਂ ਗਦਰੀ ਬਾਬਿਆਂ ਦੇ ਨਾਂ 'ਤੇ ਇੱਕ ਸਕੋਲਰਸ਼ਿਪ ਸ਼ੁਰੂ ਕੀਤੀ ਜਾਵੇ। ਜਿਹੜੇ ਨੌਜਵਾਨ ਇੰਡੀਆ ਤੋਂ ਆਉਂਦੇ ਨੇ, ਉਹਨਾਂ ਨੂੰ ਕੋਈ ਡਿਫੀਕਲਟੀ ਹੈ, ਸਟਾਕਟਨ ਗੁਰਦੁਆਰਾ ਅੱਜ ਵੀ ਉਹਨਾਂ ਨੂੰ ਜੀ ਆਇਆਂ ਕਹਿੰਦਾ, ਉਹਨਾਂ ਦੇ ਲਈ ਰਹਿਣ ਸਹਿਣ ਖਾਣ ਦਾ ਕਿਸੇ ਤਰ੍ਹਾਂ ਦੀ ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਜਾਂ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਕਿਸੇ ਵੀ ਪਰਪਜ਼ ਲਈ ਕੋਈ ਵੀ ਪੇਪਰ ਚਾਹੀਦੇ ਨੇ, ਸਟਾਕਟਨ ਗੁਰਦੁਆਰਾ ਕਮੇਟੀ ਜਿਹੜੀ ਉਹਨਾਂ ਦੇ ਨਾਲ ਸਦਾ ਹੀ ਖੜੀ ਹੈ। ਬਾਕੀ ਇੱਥੇ ਦੇ ਜਿਹੜੇ ਯੂਥ ਨੇ, ਅੱਜ ਜੇ ਆਪਾਂ ਸਾਡੇ ਯੂਥ ਦੀ ਗੱਲ ਕਰੀਏ, 84 ਬਹੁਤਿਆਂ ਨੇ ਦੇਖਿਆ ਨਹੀਂ, ਮਹਿਸੂਸ ਕੀਤਾ। ਅੱਜ 10 ਸਾਲ ਦਾ ਬੱਚਾ, ਉਹਨੂੰ ਤੁਸੀਂ ਇੱਥੇ ਦੇ ਜੰਮੇ ਪਲੇ ਨੂੰ ਪੁੱਛ ਲਓ 84 'ਚ ਕੀ ਹੋਇਆ ਸੀ, ਅਤੇ ਉਹ ਇੰਨ ਬਿੰਨ ਤਸਵੀਰ ਪੇਸ਼ ਕਰਦਾ ਹੈਗਾ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਅਸੀਂ ਉਹ ਅੱਖੀ ਦੇਖਿਆ ਵੀ, ਅਸੀਂ ਜੰਗ ਸੀ ਉਦੋਂ, 16-17 ਸਾਲ ਦੀ ਏਜ ਸੀ ਮੇਰੀ, ਅਸੀਂ ਉਹ ਲੋਕਡਾਊਨ ਵੀ ਦੇਖਿਆ, ਪੰਜਾਬ ਨੂੰ ਬੰਦ ਦੇਖਿਆ, CRP ਦਾ ਸਾਰਾ ਉਹ ਪੰਜਾਬ ਨੂੰ ਬੰਦ ਕੀਤਾ ਦੇਖਿਆ, ਫਿਰ ਹਰਿਮੰਦਰ ਸਾਹਿਬ 'ਤੇ ਗੋਲੀਆਂ ਵੱਜੀਆਂ ਦੇਖੀਆਂ, ਉਹ ਟਿੱਠਾ ਦੇਖਿਆ, ਬਣਦਾ ਦੇਖਿਆ। ਪਰ ਇਹਨਾਂ ਨੌਜਵਾਨ ਬੱਚੇ ਜਿਹੜੇ ਇੱਥੇ ਜੰਮੇ ਪਲੇ, ਇਹਨਾਂ ਦੇਖਿਆ ਕੁਛ ਨਹੀਂ, ਪਰ ਇਹਨਾਂ ਦੇ ਉਹ ਦਿਮਾਗ ਦੇ ਵਿੱਚ ਜਿਹੜਾ ਉਹ ਭਰਿਆ ਹੈ। ਸਟਾਕਟਨ ਗੁਰਦੁਆਰਾ, ਜਿਵੇਂ ਕਿ ਅਸੀਂ ਸਾਰੇ ਗੁਰਦੁਆਰੇ ਜਿਹੜੇ ਆ, ਉਹ ਇੱਕ ਇੰਸਟੀਚਿਊਟ ਨੇ, ਰਿਲੀਜੀਅਸ ਇੰਸਟੀਚਿਊਟ, ਐਜੂਕੇਸ਼ਨ ਇੰਸਟੀਚਿਊਟ। ਇੱਥੋਂ ਜਦੋਂ ਸਾਡੇ ਸਕੂਲ ਜਿਹੜੇ ਬਜ਼ੁਰਗ ਸਾਡੇ ਆਉਣਗੇ ਹੁਣ ਤਾਂ ਨਾ ਇੰਟਰਵਿਊ ਕਰਨਗੇ, ਇਹਨਾਂ ਦੀ ਸੋਚ ਸਕੂਲ ਸ਼ੁਰੂ ਕੀਤਾ ਨੇ 25-30 ਸਾਲ ਪਹਿਲਾਂ ਜੀ, ਬੱਚੇ ਇੱਥੋਂ 5ਵੀਂ ਤੱਕ ਪੜ੍ਹਦੇ ਨੇ ਜੀ, ਉਹ ਗੁਰਬਾਣੀ ਪੜ੍ਹ ਸਕਦੇ ਨੇ, ਲਿਖ ਸਕਦੇ ਨੇ, ਸੁਣ ਸਕਦੇ ਨੇ, ਸਮਝ ਸਕਦੇ ਨੇ। ਇੱਥੋਂ ਸ਼ੁਰੂਆਤ ਹੁੰਦੀ ਹੈ ਨੌਜਵਾਨਾਂ ਦੀ। ਫਿਰ ਸਾਡੇ ਇੱਥੇ ਇਲਾਕੇ ਦੇ ਵਿੱਚ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਗੱਤਕੇ ਦੇ ਬੜੇ ਵਧੀਆ ਉਸਤਾਦ ਨੇ, ਵੀਰ ਜਸਪੀਰ ਸਿੰਘ ਹੋਰੀ, ਉਹਨਾਂ ਦੇ ਨਾਲ ਜਿਹੜੇ ਗੱਤਕੇ ਦੇ ਨਾਲ ਜਿੰਨੇ ਕੁ ਨੌਜਵਾਨ ਬੱਚੇ ਬੱਚੀਆਂ ਜੁੜੇ ਨੇ, ਇੱਕ ਤੋਂ ਨਸ਼ਿਆਂ ਤੋਂ ਬਹੁਤ ਦੂਰ ਨੇ, ਧਰਮ ਦੇ ਕਲੋਜ਼ ਨੇ, ਅਤੇ ਉਹ ਬੱਚੇ ਸੇਵਾ ਦੇ ਲਈ, ਸਿਮਰਨ ਦੇ ਲਈ, ਅਤੇ ਕਿਸੇ ਵੀ ਕਮਿਊਨਿਟੀ ਦੇ ਕੰਮ ਦੇ ਲਈ। ਅੱਜ ਜਿਵੇਂ ਪਿੱਛੇ ਜੇ ਲੋਕਡਾਊਨ ਲੱਗਾ, ਉਹਦੇ ਵਿੱਚ ਉਹਨਾਂ ਬੱਚਿਆਂ ਨੇ ਆਪਣੇ ਤੌਰ 'ਤੇ ਗਰੁੱਪ ਬਣਾ ਕੇ ਅਤੇ ਨੈੱਟ 'ਤੇ ਪਾ ਦਿੱਤਾ ਕਿ ਕਿਸੇ ਨੂੰ ਵੀ ਗਰੋਸਰੀ ਦੀ ਲੋੜ ਹੈ, ਡਰਾਈ ਗਰੋਸਰੀ ਫੂਡ ਚਾਹੀਦਾ ਹੈ, ਈਵਨ ਕਿ ਗੁਰੂ ਘਰ ਨੇ ਵੀ ਕੀਤਾ। ਅਤੇ ਜਦੋਂ ਅਸੀਂ ਇੱਥੇ ਲੋਕਲ ਮੇਅਰ ਦੇ ਨਾਲ, ਲੋਕਲ ਗਵਰਨਮੈਂਟ ਦੇ ਨਾਲ ਰਾਬਤਾ ਕਾਇਮ ਕੀਤਾ, ਉਹਨਾਂ ਨੇ ਸਾਨੂੰ ਇਹ ਆਖਿਆ ਕਿ ਸਾਨੂੰ ਵੀਕ ਦਾ ਕੋਈ 7-8 ਹਜ਼ਾਰ ਬੰਦੇ ਦਾ ਖਾਣਾ ਚਾਹੀਦਾ। ਅਸੀਂ ਉੱਥੇ ਪ੍ਰਪੇਅਰ ਕਰਦੇ ਸੀ ਗੁਰੂ ਘਰ ਦੇ ਵਿੱਚ, ਉਹ ਨੌਜਵਾਨ ਬੱਚੇ ਡਿਲੀਵਰ ਕਰਦੇ ਸੀ। ਸੋ ਇਸ ਜਿਹੜੀਆਂ ਜਿੰਨੇ ਵੀ ਗੁਰਦੁਆਰੇ ਨੇ, ਉਹ ਇੱਕ ਤਾਂ ਰਿਲੀਜੀਅਸ ਪਲੇਸ ਤਾਂ ਹੈ ਹੀ ਨੇ ਜੀ, ਨਾਲ ਦੀ ਨਾਲ ਜਿਹੜੇ ਉਹ ਐਜੂਕੇਸ਼ਨਲ ਪਲੇਸ ਵੀ ਨੇ, ਅਤੇ ਸਾਡੀਆਂ ਨੌਜਵਾਨ
ਪੀੜ੍ਹੀਆਂ ਜਿਹੜੀਆਂ ਆ ਉਹ ਫੋਲੋ ਕਰਦੀਆਂ ਇਸ ਜੀ। ਇਸ ਕਰਕੇ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਨੂੰ ਇਹੋ ਹੀ ਹੈ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜੇ ਪ੍ਰੋਜੈਕਟ ਉਹ ਕਰ ਸਕਦੇ ਨੇ ਜੀ, ਜਿਵੇਂ ਹੁਣ ਸਾਡਾ ਇਹ ਮਿਊਜ਼ੀਅਮ ਦਾ ਪ੍ਰੋਜੈਕਟ ਆ, ਮੈਂ ਜਦੋਂ ਸੋਚਦਾ ਉਹ ਸਾਡੇ ਲਈ ਥੋੜ੍ਹਾ ਡਿਫੀਕਲਟ ਹੋਏਗਾ ਜੀ, ਪਰ ਨੌਜਵਾਨ ਬੱਚਿਆਂ ਲਈ ਡਿਜੀਟਲਸ ਕਰਨਾ, ਉਹਨਾਂ ਨੂੰ ਟੈਕਨੋਲੋਜੀ ਨਾਲ ਜੋੜਨਾ, ਟੈਕਨੋਲੋਜੀ ਨੂੰ ਸਪਰੈਡ ਆਊਟ ਕਰਨਾ, ਉਹਨਾਂ ਦੇ ਲਈ ਉਹ ਬਹੁਤ ਈਜ਼ੀ ਹੈ ਜੀ। ਅਤੇ ਵੀ ਆਰ ਰੀਅਲੀ ਪ੍ਰਾਊਡ ਕਿ ਸਾਡੇ ਬੱਚੇ ਜਿਹੜੇ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਾਂ ਸਾਡੇ ਜਿੰਨੇ ਕਿ ਇਸ ਇਲਾਕੇ ਜਿੰਨੇ 'ਚ ਮੈਂ ਲੋਕਾਂ ਨੂੰ ਆਪਣਿਆਂ ਨੂੰ ਜਾਣਦਾ, ਸਾਡਾ ਸਾਰੀ ਫੈਮਿਲੀ ਹੈ ਇੱਥੇ ਜਿੰਨੇ ਇਲਾਕੇ 'ਚ ਰਹਿੰਦੇ ਨੇ, ਪਰਿਵਾਰ ਹੀ ਨੇ ਸਾਰੇ, ਸਾਡੇ ਬੱਚੇ ਜਿਹੜੇ ਵੈਲਿਊ ਐਜੂਕੇਟਡ ਨੇ ਔਰ ਚੰਗੀਆਂ ਯੂਨੀਵਰਸਿਟੀ ਪੜ੍ਹ ਰਹੇ ਨੇ ਜਾਂ ਚੰਗੀਆਂ ਜੋਬਾਂ ਦੇ ਪਏ ਜੀ, ਅਤੇ ਅਸੀਂ ਇਹ ਸੋਚਦੇ ਵੀ ਸਾਨੂੰ ਪੂਰਾ ਕੋਪਰੇਟ ਕਰਦੇ ਅਤੇ ਕਰਦੇ ਰਹਿਣਗੇ ਜੀ। ਉਹਨਾਂ ਨੇ ਹੀ ਸਾਂਭਣਾ ਬਿਲਕੁਲ। ਇੱਥੇ 130 ਸਾਲ ਦਾ ਸਮਾਂ ਹੋ ਗਿਆ ਸਿੱਖਾਂ ਨੂੰ ਇੱਥੇ ਆਇਆ ਜੀ, ਜਿਹੜਾ ਪਹਿਲੇ ਸਿੱਖ ਐਂਜਲ ਆਈਲੈਂਡ ਉੱਤਰੇ ਸੀ ਜੀ, ਉਸ ਤੋਂ ਬਾਅਦ ਅੱਜ ਤੱਕ ਦੇਖੇ ਹਨ 130 ਸਾਲ ਬਣਦੇ ਨੇ ਜੀ, ਅਤੇ ਇਸ ਗੁਰਦੁਆਰੇ ਦੇ ਨੂੰ 110 ਸਾਲ ਹੋ ਗਏ ਨੇ ਜੀ, ਅਤੇ ਕਿੰਨੇ ਪ੍ਰਧਾਨ, ਕਿੰਨੇ ਸੈਕਟਰੀ, ਕਿੰਨੇ ਖਜ਼ਾਨਚੀ ਆਏ ਹੋਣਗੇ, ਚਲੇ ਗਏ ਹੋਣਗੇ ਆਪਣਾ ਪਾਰਟ ਅਦਾ ਕਰਕੇ ਜੀ, ਪਰ ਨਾ ਉਹਨਾਂ ਦਾ ਹੀ ਰਹੇਗਾ ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਹੋਏ ਜਾਂ ਫਾਊਂਡਰ ਨੇ ਸਾਡੇ, ਉਹਨਾਂ ਦਾ ਹੀ ਰਹਿਣਾ ਹੈ ਕਿ ਉਹਨਾਂ ਨੇ ਇਹ ਸਟੈਬਲਿਸ਼ ਕੀਤਾ ਜੀ। ਜੇ ਹੁਣ ਸਿੱਖੀ ਵਾਲੇ ਪਕਸ ਤੋਂ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਹੈ, ਬਾਬਾ ਵਿਸਾਖਾ ਸਿੰਘ ਅਤੇ ਹੋਰ ਜਿੰਨੇ ਸਿੰਘ ਨਾਲ ਉਹਨਾਂ ਦੇ ਸਨ, ਇੱਥੋਂ ਹਿੰਦੁਸਤਾਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਇਹੋ ਹੀ ਹੋਇਆ ਕਿ ਜਿਹੜੇ ਗਦਰੀ ਬਾਬੇ ਸੀ ਉਹ ਕਾਮਰੇਡ ਸਨ। ਜਦੋਂ ਅਸੀਂ ਬੈਕ ਇਨ 1912 ਦੇ ਵਿੱਚ 100 ਸਾਲ ਦਾ ਗਦਰੀ ਬਾਬਿਆਂ ਦਾ ਐਜ਼ ਵੈਲ ਐਜ਼ ਗਦਰ ਪਾਰਟੀ ਦਾ ਮਨਾਇਆ, ਅਤੇ ਸਾਰੀ ਸੰਗਤ ਦੇ ਅਤੇ ਹੋਰ ਬਹੁਤ ਸਾਰੇ ਵੀਰ ਜਿਹੜਾ ਇੰਟੈਕਚੁਅਲ ਆਲ ਓਵਰ ਅਮੈਰੀਕਾ ਸੀ, ਉਹਨਾਂ ਨੂੰ ਇਕੱਠੇ ਕੀਤਾ, ਕਮੇਟੀ ਫੋਰਮ ਕੀਤੀ, ਉਹਦੇ ਵਿੱਚੋਂ ਅਸੀਂ ਫਿਰ ਸਲਾਹ ਕਰਕੇ ਸਾਰਿਆਂ ਨੂੰ ਮੀਟਿੰਗਾਂ ਕਰਕੇ, ਅਤੇ ਜਿਹੜੇ ਵਿਦਵਾਨ ਸੱਦੇ ਵੈਸਟਰਨ ਅਤੇ ਈਸਟਰਨ ਵਾਲੇ, ਉਹਨਾਂ ਨੇ ਜਦੋਂ ਉਹ ਸਾਰਾ ਕੁਛ ਕੱਢ ਕੇ ਲਿਆਂਦਾ, ਉਦੋਂ ਫਿਰ ਪਤਾ ਲੱਗਦਾ ਕਿ ਇਹਨਾਂ ਨੇ ਕਿੱਡੀ ਵੱਡੀ ਘਾਲਣਾ ਘਾਲੀ। ਹੁਣ ਆਪਣੇ ਬਹੁਤ ਹੀ ਕਲੋਜ਼ ਹੀ ਬੈਠੇ ਨੇ ਸੋਹਣ ਸਿੰਘ ਪੂਨੀਆ ਜੀ, ਰਾਈਟਰ ਨੇ ਫਰੋਮ ਵੈਨਕੂਵਰ, ਉਹਨਾਂ ਦੀ ਗਦਰੀ ਬਾਬਿਆਂ ਦੀ ਕਿਤਾਬ ਲਿਖ ਗਏ, ਕੈਨੇਡਾ ਦੇ ਗਦਰੀ ਜੋੜੇ, ਹਾਂਜੀ, ਉਹ ਪੜ੍ਹੋ, ਉਹ ਤੋਂ ਪਤਾ ਲੱਗਦਾ ਕਿ ਸਾਡੇ ਜਿਹੜੇ ਬਜ਼ੁਰਗ ਆਏ ਸਨ, ਪਹਿਲਾਂ ਤਾਂ ਉੱਥੇ ਆਏ ਜਦੋਂ ਮਹਾਰਾਣੀ ਵਿਕਟੋਰੀਆ ਦਾ ਕਰਾਊਨ ਹੋਇਆ, ਵਿਕਟੋਰੀਆ ਦੇ ਵਿੱਚ ਉਦੋਂ ਆਏ, ਕੁਛ ਰਹਿ ਗਏ, ਕੁਛ ਚਲੇ ਗਏ, ਈਵਨ ਕਿ ਡੈੱਡ ਬੋਡੀ ਸਾੜਨ ਦੇ ਲਈ ਵੀ ਉਹਨਾਂ ਨੂੰ ਰਾਤ ਨੂੰ ਖੇਤਾਂ ਦੇ ਵਿੱਚ ਸਾੜਨੀਆਂ ਪਈਆਂ, ਅਤੇ ਇੰਸਪੈਕਟਰ ਹਾਪਕਨ ਜਿਹਨੇ ਸਿੱਖਾਂ ਨਾਲ ਧੱਕਾ ਕੀਤਾ, ਉੱਥੇ ਗੋਲੀਆਂ ਚਲਾਈਆਂ, ਫਿਰ ਉਸ ਨੂੰ ਵੀ ਉਹਨਾਂ ਨੇ ਮਾਰਿਆ। ਫਿਰ ਇਸ ਕਰਕੇ ਜਿਹੜੀ ਸਾਡੇ ਲਈ ਬਹੁਤ ਈਜ਼ੀ ਹੈ, ਹਾਂਜੀ, ਸਾਨੂੰ ਤਾਂ ਪਲੇਟਫਾਰਮ ਉਹਨਾਂ ਨੇ ਬਣਾ ਕੇ ਦਿੱਤਾ, ਪਰ ਜਿਹੜਾ ਸਭ ਤੋਂ ਔਖਾ ਪਾਰਟ ਉਹਨਾਂ ਨੇ ਅਦਾ ਕੀਤਾ ਜੀ, ਜੇ ਰੇਲ ਲਾਈਨਾਂ 'ਤੇ ਕੰਮ ਕਰਦੇ ਸਨ ਅਤੇ ਪੋਰਟਲੈਂਡ ਦੇ ਵਿੱਚ ਦੰਗੇ ਹੋਏ, ਸਾਡੇ ਕੋਲ ਹੀ ਜੁੱਬਾ ਸਿਟੀ ਦੇ ਕੋਲ ਮੈਰਜਵਲ ਸਿਟੀ ਹੈ ਜੀ, ਉੱਥੇ ਦੰਗੇ ਹੋਏ, ਪਰ ਉਸ ਤੋਂ ਬਾਅਦ ਸਾਡੀ ਸਿੱਖਾਂ ਦੇ ਜਦੋਂ ਇਸ ਫੀਲਡ ਨੂੰ ਵਧੇ ਹੈ, ਅਤੇ 3 ਜਨਵਰੀ 1957 ਨੂੰ ਦਲੀਪ ਸਿੰਘ ਸੌਂਗ ਇਲੈਕਟਡ ਹੁੰਦੇ ਨੇ ਕਾਂਗਰਸਮੈਨ, 6 ਸਾਲ 2 ਟਰਮਾਂ ਕਰਦੇ ਨੇ, 63 ਜਨਵਰੀ 3rd 63 ਦੇ ਵਿੱਚ ਉਹ ਜਿਹੜੇ ਉਸ ਕਾਂਗਰਸਮੈਨ ਦੇ ਪਦ ਤੋਂ ਰਹਿੰਦੇ ਨੇ। ਇਹ ਸਿੱਖਾਂ ਦੀ ਸ਼ੁਰੂਆਤ ਸੀ, ਇਹ ਸਟਰਗਲ ਪੀਰੀਅਡ ਸੀ। ਅੱਜ ਸਾਡੇ ਨੌਜਵਾਨ ਅਟਾਰਨੀ ਜਨਰਲ ਨੇ ਸਟੇਟਾਂ ਦੇ ਜੀ, ਪੁਲਿਸ ਚੀਫ ਨੇ ਜੀ, ਮਿਲਟਰੀ ਦੇ ਵਿੱਚ ਹਨ, ਸਿੱਖੀ ਸਰੂਪ ਦੇ ਨਾਲ, ਸਿੱਖੀ ਸਰੂਪ ਦੇ ਨਾਲ, ਔਰ ਆਈਟੀ ਦੇ ਵਿੱਚ ਨੇ, ਡਾਕਟਰ ਨੇ, ਜੇ ਕਿਸੇ ਨੂੰ ਕੰਸਲਟ ਕਰਨ ਲਈ ਤੁਸੀਂ ਕਿਤੇ ਕਾਲ ਕਰੋ, ਉਹਦੇ ਵਿੱਚ 4-5 ਡਾਕਟਰ ਇਕੱਠੇ ਹੋਣ, ਉਹਦੇ ਵਿੱਚ 2-3 ਆਪਣੇ ਜ਼ਰੂਰ ਹੋਣ। ਬਿਲਕੁਲ, ਇਹ ਪ੍ਰਾਊਡ ਮੂਵਮੈਂਟ ਨੇ ਸਿੱਖਾਂ ਦੀ, ਵਿਦਆਊਟ ਜਿਹੜੀ ਬਾਬਿਆਂ ਦੀ ਸਟਰਗਲ ਆ ਜਾਂ ਜਿਹੜੇ ਫਾਊਂਡਰਸ ਹੋਏ ਨੇ ਸਾਡੇ, ਉਹਨਾਂ ਦੀ ਸਟਰਗਲ ਤੋਂ ਬਿਨਾਂ ਅਸੀਂ ਅੱਜ ਜੇ ਇਸ ਪਲੇਟਫਾਰਮ 'ਤੇ ਹਾਂ ਕਦੇ ਨਹੀਂ ਪਹੁੰਚ ਸਕਦੇ ਜੀ। ਕੁਲਜੀਤ ਸਿੰਘ ਜੀ, ਤੁਸੀਂ ਇਹ ਜੋ 100 ਸਾਲ ਦੀ ਸਾਲਗਿਰਾ ਮਨਾਈ ਗਈ ਸੀ, ਇਹ ਉਸ ਟਾਈਮ ਤੁਸੀਂ ਸੈਕਟਰੀ ਸੀਗੇ ਗੁਰਦੁਆਰੇ ਦੇ ਨਾਲ, ਅਤੇ ਹੁਣ 110 ਸਾਲ ਮਨਾਉਣ ਦਾ ਟਾਈਮ ਆ ਰਿਹਾ, ਅਗਲੇ ਸਾਲ ਉਹ ਵੀ ਮਨਾਇਆ ਜਾਏਗਾ ਆਮ ਸ਼ੋਰ, ਕੀ ਕੁਛ ਹੋਰ ਇਸ ਗੁਰਦੁਆਰੇ ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ, ਤਾਂ ਕਿ ਉਹ ਪਰੰਪਰਾ ਨੂੰ, ਉਸ ਇਤਿਹਾਸ ਨੂੰ ਨਾ ਕਿ ਸਿਰਫ ਜਿਸ ਤਰ੍ਹਾਂ ਪਹਿਲੇ ਵੀ ਆਪਾਂ ਗੱਲ ਕੀਤੀ ਸੀ ਪ੍ਰਿਜ਼ਰਵ ਕੀਤਾ ਜਾਏ, ਬਟ ਉਹਦੇ ਉੱਤੇ ਹੋਰ ਵੀ ਰਿਸਰਚ ਅੱਗੇ ਹੋਏ, ਹੋਰ ਉਹਨੂੰ ਸਮਝਣ ਦੀ ਕੋਸ਼ਿਸ਼ ਹੋਏ। ਜਸਟ ਆਈ ਮੈਂਸ਼ਨ ਫਿਊ ਮਿੰਟ ਅਗੋ ਕਿ ਜਦੋਂ ਇਹ ਗਦਰੀ ਬਾਬੇ ਇੱਥੋਂ ਜਾਂਦੇ ਨੇ, ਇੰਡੀਆ ਪਹੁੰਚਦੇ ਨੇ, ਉਦੋਂ ਇਹਨਾਂ ਦੀ ਗਿਣਤੀ 4-5 ਹਜ਼ਾਰ ਸੀ। ਉਦੋਂ 1914 'ਚ ਉੱਥੇ ਜਾਂਦੇ ਨੇ, ਜਿਹੜੀ ਗਦਰੀ ਬਾਬਿਆਂ ਨੇ ਇੱਥੋਂ ਲਹਿਰ ਸ਼ੁਰੂ ਕੀਤੀ
ਤੇ ਬੱਬਰ ਅਕਾਲੀ ਲਹਿਰ ਜਿਹੜੀ ਆ ਐਕਚੁਅਲ ਪਾਰਟ ਆਫ ਗਦਰ ਪਾਰਟੀ ਸੀ, ਇਹਨਾਂ ਦੀ ਹੀ ਉਹ ਪਾਰਟ ਆਫ ਸੀ ਜੀ। ਲਾਹੌਰ ਕਨਸਪੀਰੇਸੀ ਦਾ ਜੇ ਉਹ ਪਤਾ ਨਾ ਲੱਗਦਾ ਤੇ ਸ਼ਾਇਦ ਜਿਹੜੀ ਆਜ਼ਾਦੀ 1914 'ਚ ਹੀ ਮਿਲ ਜਾਂਦੀ। ਪਰ ਇਸ ਉਦੋਂ ਵੀ ਗਦਾਰ ਸਨ ਕੌਮ ਦੇ ਵਿੱਚ, ਹਰੇਕ ਨਾਲ ਹੀ ਤੁਰਿਆ ਹੁੰਦਾ, ਇਹ ਚੱਲਣਾ ਹੀ ਹੈ, ਇਹਦਾ ਕੋਈ ਸਲਿਊਸ਼ਨ ਨਹੀਂ ਹੈਗਾ। ਸੋ ਇਹ ਹੈਗਾ ਕਿ ਜਿਹੜਾ ਉਰੇ ਜਿਵੇਂ ਅਸੀਂ ਹੈ, ਅਸੀਂ ਜਿਹੜੀ ਆ ਲਾਇਬ੍ਰੇਰੀ ਡਿਜੀਟਲ ਕਰਾਂਗੇ, ਫਿਰ ਜਿਹੜਾ 100 ਸਾਲਾਂ ਮਨਾਉਣ ਤੋਂ ਸਾਨੂੰ ਜਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੱਢ ਕੇ ਲੈ ਕੇ ਆਏ। ਈਵਨ ਸਾਡੇ ਤਾਂ ਜਿਹੜੇ ਹੈ ਹੀ ਹੈ ਸਕੋਲਰ ਸੀਗੇ, ਜਿਹੜੇ ਅਮੈਰੀਕਨ ਸਕੋਲਰਸ ਜਾਂ ਕੈਨੇਡੀਅਨ ਸਕੋਲਰਸ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹਿਸਟੋਰੀਅਨ, ਉਹਨਾਂ ਨੇ ਜੋ ਚੀਜ਼ਾਂ ਕੱਢ ਕੇ ਲਿਆਂਦੀਆਂ ਉਹ ਬਾ ਕਮਾਲ ਸਨ। ਅਤੇ ਇਹਨਾਂ ਨੂੰ ਰੀਰਾਈਟ ਕੀਤਾ ਗਿਆ ਸਾਰੇ ਨੂੰ, ਕਿਉਂਕਿ ਹਿਸਟਰੀ ਸਿੱਖ ਬਣਾ ਤਾਂ ਦਿੰਦੇ ਨੇ ਪਰ ਸਾਹਮਣੀ ਬੜੀ ਔਖੀ, ਸਾਡੇ ਕੋਲ ਅਸੀਂ ਰਾਈਟਰ ਨਹੀਂ ਹੈ। ਅਤੇ ਜਿਹੜਾ ਗਦਰੀ ਬਾਬਾ ਇਤਿਹਾਸ ਉਹ ਕਿਸੇ ਨੇ ਨਹੀਂ ਲਿਖਿਆ, ਉਹ ਇਹ ਸਿੱਖਾਂ ਦੇ ਵਿੱਚੋਂ ਜੀ। ਅਤੇ ਉਰੇ ਜਦੋਂ ਇਹਨਾਂ ਨੇ ਉਹ 100 ਸਾਲਾਂ ਦੇ ਨਾਲ ਇਹ ਹੋਇਆ ਕਿ ਸਾਡੇ ਕੋਲ ਚਾਂਸਲਰ ਸਰਦਾਰ ਡਾਕਟਰ ਜਸਪਾਲ ਸਿੰਘ ਵੀ ਆਏ ਸੀ ਪੰਜਾਬੀ ਯੂਨੀਵਰਸਿਟੀ ਤੋਂ, ਅਤੇ ਡਾਕਟਰ ਵਿਕਾਰ ਸਿੰਘ ਅਤੇ ਹੋਰ ਸਾਰੇ ਬਹੁਤ ਸਾਰੇ ਵੀਰ ਜਸਵਿੰਦਰ ਸਿੰਘ ਪ੍ਰੋਫੈਸਰ ਨੇ ਉੱਤੇ ਹਿਸਟਰੀ ਡਿਪਾਰਟਮੈਂਟ ਦੇ ਪੰਜਾਬੀ ਯੂਨੀਵਰਸਿਟੀ 'ਚ ਉਹ ਆਏ। ਉਹਨਾਂ ਨੇ ਇੱਕ ਇਹਦੇ ਸਬਜੈਕਟ ਦੇ ਤੌਰ 'ਤੇ ਗਦਰੀ ਬਾਬੇ ਉੱਥੇ ਜਿਹੜੇ ਉਹਨੂੰ ਕੀਤਾ, ਉੱਥੇ ਰਿਸਰਚ ਸਕੋਲਰਸ਼ਿਪ ਉਹਨਾਂ ਨੇ ਰੱਖੀ ਅਤੇ ਹੋਰ ਕੰਮ ਹੋਏ। ਸੋ ਇਹ ਹੈ ਕਿ ਜੇ ਅਸੀਂ ਆਪਣਾ ਇਤਿਹਾਸ ਭੁੱਲ ਜਾਂਦੇ ਹਾਂ ਤਾਂ ਸਾਡੇ ਕੋਲ ਕੁਛ ਨਹੀਂ ਰਹਿ ਜਾਂਦਾ ਵਾ। ਜੋ ਸਾਡੇ ਪੁਰਖਿਆਂ ਨੇ ਕੀਤਾ ਆ ਉਹ ਉਹਨੂੰ ਯਾਦ ਰੱਖਣਾ ਅਤੇ ਉਹਨੂੰ ਸਾਂਭ ਕੇ ਰੱਖਣਾ ਅਤੇ ਅਗਲੀ ਜਨਰੇਸ਼ਨ ਦੇ ਵਾਸਤੇ, ਜਿਵੇਂ ਜੂਸ਼ਾ ਨੇ ਕੀਤਾ, ਉਹਨਾਂ ਨੇ ਜਿੰਨਾ ਜ਼ੋਰ ਉਹਨਾਂ ਨੇ ਆਪਣੇ ਮਿਊਜ਼ੀਅਮਾਂ 'ਤੇ ਲਾਇਆ ਜੀ, ਹੋਲੋਕਾਸਟ ਮਿਊਜ਼ੀਅਮ ਉਹਨਾਂ ਦੇ ਬਣੇ ਨੇ ਜੀ, ਉਹ ਆਪਣੇ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਨੇ ਜੀ, ਬਿਲਕੁਲ। ਅਤੇ ਇਹ ਜ਼ਰੂਰੀ ਹੈ ਕਿ ਅਸੀਂ ਸਿੱਖ ਹੋਣ ਦੇ ਨਾਤੇ ਆਪਣਾ ਮਾਣ ਮੱਤਾ ਇਤਿਹਾਸ, ਆਪਣੀ ਜਿਹੜੀ ਆ ਸਿੱਖਾਂ ਦੀ ਜੋ ਹਿਸਟਰੀ ਉਹਨੂੰ ਸਾਂਭੀਏ। ਜੇ ਗਦਰ ਲਹਿਰ ਦੀ ਗੱਲ ਇੱਥੋਂ ਉੱਠੀ ਤਾਂ ਹਿੰਦੁਸਤਾਨ ਆਜ਼ਾਦੀ ਪਾਈ, ਫਿਰ ਇਸੇ ਤਰ੍ਹਾਂ ਹੀ ਜੇ ਹੁਣ 84 ਉੱਥੇ ਹੋਇਆ ਅਤੇ ਅੱਜ ਵੀ ਇਨਸਾਫ ਦੀ ਆਵਾਜ਼ ਜਿਹੜੀ ਹੈ ਬਾਹਰਲੇ ਗੁਰੂ ਘਰ ਤੋਂ ਉੱਠਦੀ, ਪਰ ਸਟਾਕਟਨ ਗੁਰਦੁਆਰਾ ਆਲਵੇਜ਼ ਸਟੈਂਡਿੰਗ ਇਨ ਫਰੰਟ ਲਾਈਨ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਕੁਛ ਹੁੰਦਾ ਹੈ, ਕਿਸਾਨਾਂ ਦੇ ਨਾਲ ਕੁਛ ਹੁੰਦਾ ਹੈ, ਜਾਂ ਕਿਸੇ ਵੀ ਉਸ ਜੰਮੂ ਕਸ਼ਮੀਰ 'ਚ ਹੋਇਆ ਜੀ, ਬਿਲਕੁਲ ਅਫਗਾਨਿਸਤਾਨ 'ਚ ਹੋਇਆ, ਇੱਥੋਂ ਜਿਹੜੀ ਆਵਾਜ਼ ਹੈ ਅਸੀਂ ਉਠਾਉਂਦੇ ਹਾਂ ਅਤੇ ਉੱਠਦੀ ਰਹੇਗੀ। ਜਿਹੜਾ ਇਹ ਕੋਸ਼ਿਸ਼ ਹੈਗੀ ਹੈ ਕਿ ਨਵੀਂ ਜਨਰੇਸ਼ਨ ਜਿਹੜੀ ਆ ਜੀ। ਥੈਂਕ ਯੂ ਸੋ ਮਚ ਕੁਲਜੀਤ ਸਿੰਘ ਨਿੱਜਰ ਜੀ, ਫੋਰਮਰ ਸੈਕਟਰੀ ਗੁਰਦੁਆਰੇ ਦੇ ਨਾਲ, ਅਤੇ ਆਫਕੋਰਸ ਪੌਲ ਸਿੰਘ ਜੀ, ਕਰੰਟ ਪ੍ਰੈਜ਼ੀਡੈਂਟ ਪ੍ਰਧਾਨ, ਤੁਸੀਂ ਸਾਡੇ ਨਾਲ ਜੁੜੇ, ਥੋੜ੍ਹੀ ਜਿਹੀ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ, ਨਾ ਕਿ ਸਿਰਫ ਇਸ ਗੁਰਦੁਆਰੇ ਬਾਰੇ ਬਟ ਸਾਡੀ ਕੌਮ ਦੀ ਕਿਸ ਲੈਵਲ ਤੱਕ ਸੋਚ ਹੋਣੀ ਚਾਹੀਦੀ ਹੈ ਮੂਵਿੰਗ ਫੋਰਵਰਡ। ਸੋ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਕਿੱਥੇ ਨਾ ਜਾਓ। ਇੱਕ ਬਹੁਤ ਹੀ ਸਪੈਸ਼ਲ ਮੈਂ ਕਹਾਂਗੀ ਕੁਛ ਗੈਸਟ ਸਾਡੇ ਨਾਲ ਜੁੜ ਰਹੇ ਹੈ, ਅਤੇ ਕਨਵਰਸੇਸ਼ਨ ਵੀ ਇਸ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। ਇਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਸਟੋਕਟਨ ਗੁਰਦੁਆਰੇ ਤੋਂ ਇਹ ਸਪੈਸ਼ਲ ਪ੍ਰੋਗਰਾਮ ਤੁਹਾਡੇ ਨਾਲ ਅੱਜ ਪੇਸ਼ ਕਰ ਰਹੇ ਹਾਂ, ਅਤੇ ਇਸ ਗੁਰਦੁਆਰੇ ਦੀ ਇੱਕ ਇੱਕ ਇੱਟ ਪਿੱਛੇ ਕਹਾਣੀ ਹੈ, ਇੱਕ ਇੱਕ ਬੂਟੇ ਪਿੱਛੇ ਕਹਾਣੀ ਹੈ, ਜਿਸ ਤਰ੍ਹਾਂ ਇਹ ਬੂਟਾ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ। ਅਤੇ ਜਿੱਥੇ ਕਹਾਣੀ ਦੀ ਗੱਲ ਆਉਂਦੀ ਹੈ, ਸਾਡੇ ਬਜ਼ੁਰਗਾਂ ਦੇ ਕੋਲ ਉਹ ਸਾਰੀ ਕਹਾਣੀਆਂ ਹੁੰਦੀਆਂ ਜੋ ਪਿੱਛੇ ਤੱਕ ਜਾ ਕੇ ਸਾਡੇ ਅਗਲੀ ਪੀੜ੍ਹੀ ਨੂੰ ਦੱਸ ਸਕਦੇ ਕਿ ਕੁਛ ਕਿਸ ਤਰ੍ਹਾਂ ਹੋਇਆ। ਸੋ ਹੁਣ ਸਾਡੇ ਅਗਲੇ ਗੈਸਟ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਵਾਗਤ ਕਰਦੇ ਹੋਏ, ਅਮਰੀਕ ਸਿੰਘ ਧਾਲੀਵਾਲ ਜੀ ਅਤੇ ਨਿਰਮਲ ਸਿੰਘ ਤਿਆਰਾ ਜੀ। ਅਮਰੀਕ ਸਿੰਘ ਜੀ, ਤੁਹਾਨੂੰ ਬਾਕੀਆਂ ਨੇ ਕਿਹਾ ਕਿ ਤੁਸੀਂ ਇੱਕ ਲਾਈਕ ਫੋਰਐਵਰ ਪ੍ਰਧਾਨ ਹੋ, ਤੁਸੀਂ ਇਸ ਗੁਰਦੁਆਰੇ ਦੇ ਨਾਲ ਪੁਰਾਣੇ ਸਮੇਂ ਤੋਂ ਜੁੜੇ ਹੋਏ ਹੋ, ਅਤੇ ਜੋ ਦੇਣ ਹੈ ਤੁਹਾਡੀ, ਭਾਵੇਂ ਉਹ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਹੋਏ ਜਾਂ ਇਸ ਗੁਰਦੁਆਰੇ ਦੀ ਇੱਥੇ ਦੇ ਸਿਸਟਮ ਦੇ ਵਿੱਚ ਰੈਕਗਨੀਸ਼ਨ ਦੀ ਗੱਲ ਹੋਏ, ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਇਹਦੇ ਨਾਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਅਮਰੀਕ ਸਿੰਘ ਜੀ, ਤੁਸੀਂ ਮੈਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਦੱਸ ਰਹੇ ਸੀ, ਜੋ ਪਹਿਲਾ ਸਿੱਖ ਇੱਥੇ ਪਹੁੰਚਿਆ ਉਹਨਾਂ ਦਾ ਹਿਸਟੋਰੀਕਲ ਰੈਕਰਡ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਗਦਰੀ ਬਾਬਿਆਂ ਜੀ ਨੂੰ ਪ੍ਰਣਾਮ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਹਿਲਾ ਸਿੱਖ ਇਸ ਕੰਟਰੀ ਦੇ ਵਿੱਚ ਪਬਲਿਸ਼ ਹੋਈ ਜਿਹੜੀ, ਉਹਨਾਂ ਦਾ ਨਾਂ ਸੀ ਮੋਹਨ ਸਿੰਘ, ਅਤੇ ਉਹ 1862 ਦੇ ਵਿੱਚ ਜਰਨਲ ਆਫ ਮਾਈਨ, ਉਹਨਾਂ ਵਿੱਚ ਉਹਨਾਂ ਦਾ ਨਾਂ ਛਪਿਆ ਅਤੇ ਫੋਟੋ ਛਪੀ ਹੋਈ ਆ, ਰੈਕਡ ਵੀ ਆ।
1862 ਦੇ ਵਿੱਚ 1862 ਤੇ ਚੀਰੇਦਾਰ ਪੱਗ ਬੰਨੀ ਹੋਈ ਆ ਉਹਨਾਂ ਦੇ ਚੀਰੇਦਾਰ ਪੱਗ ਉਹ ਆਪਣੇ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਕਿਸੇ ਨੇ ਮੈਂਸ਼ਨ ਨਹੀਂ ਕੀਤਾ ਹੁਣ ਤੱਕ 1862 ਅਮਰੀਕ ਸਿੰਘ ਜੀ ਇਸ ਗੁਰਦੁਆਰੇ ਨੂੰ ਭਾਵੇਂ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਇੱਕ ਜਾਣਦਾ ਕਿ ਕੀ ਇਹਦੀ ਅਹਿਮੀਅਤ ਹੈ ਸਾਡੀ ਹਿਸਟਰੀ ਦੇ ਵਿੱਚ ਸਾਡੀ ਲੈਗਸੀ ਦੇ ਵਿੱਚ ਬਟ ਜੋ ਇੱਥੇ ਦੀ ਲੋਕਲ ਕਮਿਊਨਿਟੀ ਹੈ ਜੋ ਭਾਵੇਂ ਉਹ ਸਿਟੀ ਹੋਏ ਸਟੇਟ ਹੋਏ ਜਾਂ ਫੈਡਰਲ ਲੈਵਲ ਤੱਕ ਇਸ ਗੁਰਦੁਆਰੇ ਦੀ ਹਿਸਟੋਰੀਕਲ ਇੰਪੋਰਟੈਂਸ ਦੀ ਰੈਕਗਨੀਸ਼ਨ ਦੇ ਵਿੱਚ ਕੀ ਕੁਛ ਕੰਮ ਤੁਸੀਂ ਕੀਤਾ ਸਭ ਤੋਂ ਪਹਿਲਾਂ ਜਦੋਂ ਸਾਡੀ ਕਮੇਟੀ ਬਣੀ ਮੇਰੇ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਜੀ ਸੀਗੇ ਪ੍ਰਧਾਨ ਉਹਨਾਂ ਨੇ ਆਪਣੇ ਆਪ ਹੀ ਕਿਹਾ ਵੀ ਮੈਂ ਹੁਣ ਥੋੜ੍ਹੀ ਜਿਹੀ ਪਿੱਛੇ ਹਟ ਜਾਣਾ ਅਤੇ ਤੁਸੀਂ ਇਹ ਜ਼ਰੂਰ ਕਰੋ ਮੇਰੇ ਨਾਲ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਥਿਆੜਾ ਇਹ ਸਾਡੀਆਂ ਕਮੇਟੀਆਂ ਸੀਗੀਆਂ ਬਣੀਆਂ ਅਸੀਂ ਸਭ ਤੋਂ ਪਹਿਲਾਂ ਮੈਂ ਇਹ ਸੋਚਿਆ ਵੀ ਇੱਥੇ ਨਗਰ ਕੀਰਤਨ ਹੋਣਾ ਚਾਹੀਦਾ ਨਗਰ ਕੀਰਤਨ ਹੋਣਾ ਚਾਹੀਦਾ ਅਤੇ ਗੁਰੂ ਘਰ ਦੇ ਵਿੱਚ ਪੂਰੀ ਮਰਿਆਦਾ ਹੋਣੀ ਚਾਹੀਦੀ ਆ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਕਿਉਂਕਿ ਇੱਕ ਆਰਮ ਸਟਰੋਂਗ ਹੋਈ ਆ ਉਹਦਾ ਮੈਂ ਉਹਦੀ ਹਿਸਟਰੀ ਪੜ੍ਹੀ ਉਹਦੀ ਕਿਤਾਬ ਦੇ ਵਿੱਚੋਂ ਉਹ ਕਹਿੰਦੀ ਜਦੋਂ ਰਿਲੀਜਨ ਕੋਈ ਬਣਦਾ ਜਿਸ ਤਰ੍ਹਾਂ ਉਹ ਬਣਦਾ ਉਸ ਤਰ੍ਹਾਂ ਹੀ ਰਹੇ ਤਾਂ ਉਹ ਰਿਲੀਜਨ ਬਚਦਾ ਨਹੀਂ ਬਚ ਨਹੀਂ ਸਕਦਾ ਜਦੋਂ ਤੁਸੀਂ ਰਿਲੀਜਨ ਦੇ ਵਿੱਚ ਕੋਈ ਚੇਂਜ ਕਰ ਦਿਓਗੇ ਕੋਈ ਚੇਂਜ ਮਾੜੀ ਮੋਟੀ ਵੀ ਚੇਂਜ ਕਰ ਦਿਓਗੇ ਰਿਲੀਜਨ ਨਹੀਂ ਰਹਿ ਸਕਦਾ ਉਹ ਦੇਖ ਲਓ ਇੱਥੇ ਹੈਪਨ ਹੋ ਰਿਹਾ ਇਸ ਕਰਕੇ ਗੁਰੂ ਘਰਾਂ ਦੇ ਵਿੱਚ ਜੋ ਪੂਰੀ ਸਾਡੀ ਮਰਿਆਦਾ ਜਿਵੇਂ ਅੰਮ੍ਰਿਤਸਰ ਸਾਹਿਬ ਸੱਚਖੰਡ ਅਤੇ ਤਖ਼ਤ ਸਾਹਿਬ ਜਿੰਨੇ ਤਖ਼ਤ ਸਾਹਿਬ ਨੇ ਜਿਵੇਂ ਉਹਨਾਂ ਦੀ ਮਰਿਆਦਾ ਕਿਉਂਕਿ ਅਸੀਂ ਜਦੋਂ ਕਮੇਟੀ ਦੇ ਵਿੱਚ ਆਏ ਅਸੀਂ ਇਹ ਸਮਝਦੇ ਸੀ ਇਹ ਕੈਲੀਫੋਰਨੀਆ ਦਾ ਅਤੇ USA ਦਾ ਹਜ਼ੂਰ ਸਾਹਿਬ ਆ ਮੈਂ ਉਦੋਂ ਹੀ ਹਜ਼ੂਰ ਸਾਹਿਬ ਕਹਿੰਦਾ ਸੀ ਪਹਿਲਾਂ ਦਿਨ ਤੋਂ ਪਹਿਲੇ ਦਿਨ ਤੋਂ ਹੀ ਦੂਸਰੀ ਗੱਲ ਇਹ ਸੀ ਅਸੀਂ ਨਗਰ ਕੀਰਤਨ ਸ਼ੁਰੂ ਕਰਨਾ ਉਹ ਸਾਰਿਆਂ ਦੀ ਜਿੰਨੀ ਆਪਣੇ ਸੰਗਤ ਆ ਸਾਰੀ ਨੇ ਬੜਾ ਉਤਸ਼ਾਹ ਦਿਖਾਇਆ ਉਹ ਅਸੀਂ ਫਿਰ ਇੱਥੇ ਸ਼ੁਰੂ ਕਰ ਦਿੱਤਾ 98 'ਚ ਅਤੇ ਉਹ ਨਗਰ ਕੀਰਤਨ ਤੋਂ ਜਿੰਨੀ ਚਿਰ ਸਾਡੀ ਕਮੇਟੀ ਰਹੀ ਅਸੀਂ ਕਿਹਾ ਵੀ ਗੁਰੂ ਘਰ ਵਾਸਤੇ ਮਾਇਆ ਨਹੀਂ ਮੰਗਣੀ ਮਾਇਆ ਲੈਣ ਨਹੀਂ ਜਾਣੀ ਨਾ ਇਹ ਕੋਈ ਬੰਦਾ ਸਾਨੂੰ ਕਹਿ ਦੇਵੇ ਅਸੀਂ ਕਿਸੇ ਬੰਦੇ ਕੋਲ ਇੱਕ ਵੀ ਪੈਸਾ ਮੰਗਿਆ ਤਾਂ ਜੋ ਕਹੋਗੇ ਉਹੀ ਅਸੀਂ ਮੰਨਣ ਨੂੰ ਤਿਆਰ ਹਾਂ ਕਿਸੇ ਬੰਦੇ ਕੋਲੋਂ ਨਹੀਂ ਕਿਉਂਕਿ ਸਾਡੇ ਕੋਲ ਇੰਨੀ ਮਾਇਆ ਆਉਂਦੀ ਸੀ ਸਾਡੇ ਜਿੰਨੇ ਖਰਚੇ ਸੀ ਉਸ ਤੋਂ ਵੱਧ ਮਾਇਆ ਆ ਜਾਂਦੀ ਸੀ ਆਹ ਜਦੋਂ ਬਾਬਿਆਂ ਨੇ ਸ਼ੁਰੂ ਕੀਤਾ ਇਹ ਗੁਰੂ ਘਰ ਜਿਹੜੀ ਆ ਇੱਟ ਲੱਗੀ ਹੋਈ ਆ ਗੁਰੂ ਘਰ ਦੀ ਇੱਕ ਇੱਕ ਇੱਟ ਇੱਕ ਡਾਲੇ ਦੀ ਉਦੋਂ ਆਈ ਇੱਕ ਡਾਲੇ ਦੀ ਅਤੇ ਇੱਕ ਡਾਲਾ ਹਰ ਰੋਜ਼ ਦੀ ਵੇਜਿਸ ਸੀ 30 ਡਾਲੇ ਦਿੰਦੇ ਹੁੰਦੇ ਸਾਰੇ ਮਹੀਨੇ ਦੇ 30 ਡਾਲੇ 6 ਦਿਨ ਕੰਮ ਹੁੰਦਾ ਸੀ 6 ਦਿਨ ਕੰਮ ਜਦੋਂ ਫਿਰ ਅਸੀਂ ਇਹਨੂੰ ਹਿਸਟੋਰੀਕਲ ਬਣਾਉਣ ਗਏ ਸਾਡੀ ਉਦੋਂ ਬਹੁਤ ਬੰਦਿਆਂ ਨੇ ਮਦਦ ਕੀਤੀ 2004 ਦੇ ਵਿੱਚ ਇਹਨੂੰ ਦਰਜਾ ਦਿੱਤਾ ਗਿਆ ਗੁਰੂ ਘਰ ਨੂੰ ਹਿਸਟੋਰੀਕਲ ਲੈਂਡਮਾਰਕ ਆਫ ਕੈਲੀਫੋਰਨੀਆ ਉਸ ਦੇ ਨਾਲ ਨਾਲ ਹੀ ਫਿਰ ਅਸੀਂ ਅਪਲਾਈ ਕੀਤਾ ਕਾਉਂਟੀ ਦੇ ਕੋਲ ਕਾਉਂਟੀ ਨੇ ਵੀ ਸਾਨੂੰ ਉਹਦੀ ਮਨਜ਼ੂਰੀ ਦਿੱਤੀ ਸਰਟੀਫਿਕੇਸ਼ਨ ਦਿੱਤੀ ਉਸ ਕਾਉਂਟੀ ਦੇ ਵਿੱਚ ਜਿਹੜੇ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਸਨ ਉਹ ਬਾਬਿਆਂ ਦੇ ਨਾਲ ਡੀਲ ਕਰਦੇ ਸੀ ਉਹਨਾਂ ਕੋਲੋਂ ਉਹ ਚੀਜ਼ਾਂ ਲੈ ਕੇ ਗਦਰੀ ਬਾਬਿਆਂ ਦੇ ਨਾਲ ਬਾਬਾ ਵਿਸਾਖਾ ਸਿੰਘ ਜੀ ਅਤੇ ਬਾਬਾ ਜਵਾਲਾ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਟੁੰਡੀ ਲਾਟ ਉਹ ਉਹਨਾਂ ਬਾਰੇ ਇਹ ਦੱਸਣਗੇ ਇਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਅਤੇ ਉਹ ਜਿਹੜੇ ਬਾਬੇ ਸੀ ਨਾ ਬਾਬਾ ਵਿਸਾਖਾ ਸਿੰਘ ਦਾ ਪਿੰਡ ਸੀ ਦੇਹਦਰ ਸਾਹਿਬ ਉਹਨਾਂ ਦੇ ਨਾਲ 4 ਬੰਦੇ ਹੋਰ ਸੀਗੇ 4 ਉਹ ਅਖਬਾਰ ਵਾਲਿਆਂ ਨੇ ਲਿਖਿਆ ਉਹਨਾਂ ਵਿੱਚ ਜਿਹੜੇ ਪਹਿਲੇ ਗ੍ਰੰਥੀ ਸੀ ਉਹਨਾਂ ਦਾ ਨਾਂ ਸੀ ਬਾਬਾ ਹਜ਼ਾਰਾ ਸਿੰਘ ਜਿਹੜੇ ਉੱਥੇ ਆਪਣੇ ਟਵਿਨ ਸਿਟੀ ਰੋਡ ਦੇ ਉੱਪਰ ਉਹਨਾਂ ਨੇ ਬਣਾਇਆ ਸੀ ਹੁਣ ਤਾਂ ਉਹ ਢਾਹ ਢੂਹ ਦਾ ਲੋਕਾਂ ਨੇ ਛੱਡਿਆ ਨਹੀਂ ਕੁਛ ਅਤੇ ਉਹ ਸਾਰੇ ਬੰਦੇ ਉੱਥੇ ਡੇਰਾ ਕਹਿੰਦੇ ਹੁੰਦੇ ਡੇਰਾ ਬਾਬਿਆਂ ਦਾ ਉਹ ਜਦੋਂ ਵੀ ਉੱਥੇ ਮਹਾਰਾਜ ਪ੍ਰਕਾਸ਼ ਉੱਥੇ ਕੀਤਾ ਗਿਆ ਸੀ ਉਹ ਜਦੋਂ ਅਸੀਂ ਨਗਰ ਕੀਰਤਨ ਸ਼ੁਰੂ ਇੱਥੇ ਕੀਤਾ ਉਹਦੇ ਨਾਲ ਜਦੋਂ ਮੇਅਰ ਆਏ ਸਾਰੇ ਆਏ ਈਵਨ ਕੌਂਸਲਰ ਆਏ ਕਾਂਗਰਸਮੈਨ ਆਏ ਸਾਰਿਆਂ ਨੇ ਥੱਲੇ ਬੈਠ ਕੇ ਲੰਗਰ ਛਕਿਆ ਜਿਹੜੇ ਸੀ ਨਾ ਪੁਲਿਸ ਚੀਫ ਉਹ ਮੈਨੂੰ ਦੱਸਣ ਲੱਗੇ ਵੀ ਜਦੋਂ ਮੈਂ ਪੁਲਿਸਮੈਨ ਬਣਿਆ ਤਾਂ ਮੇਰੀ ਡਿਊਟੀ ਇੱਥੇ ਲੱਗੀ ਸੀ ਗੁਰਦੁਆਰੇ ਦੇ ਆਲੇ ਦੁਆਲੇ ਨਾ ਸਿਕਿਉਰਿਟੀ ਵਾਸਤੇ ਕਹਿੰਦੇ ਗਦਰੀ ਬਾਬੇ 2 ਵਜੇ ਉੱਠ ਕੇ ਇੱਥੇ ਢੋਲਕੀਆਂ ਛੈਣੇ ਖੜਕਣੇ ਜਿਹੜੇ ਮਾੜੇ ਮੋਟੇ ਘਰ ਸੀਗੇ ਉਹਨਾਂ ਨੇ ਹਰ ਰੋਜ਼ ਇਤਰਾਜ਼ ਕਰਨਾ
ਇਤਰਾਜ਼ ਇਹ ਕਰਨਾ ਵੀ ਸਾਨੂੰ ਸੌਣ ਨਹੀਂ ਦਿੰਦੇ। ਉਸ ਤੋਂ ਬਾਅਦ ਉਹ ਪੁਲਿਸਮੈਨ ਸੀ, ਉਹਨੇ ਇੰਟਰਵਿਊ ਕੀਤੀ, ਉਹ ਇੰਟਰਵਿਊ ਕਰਕੇ ਉਹਨਾਂ ਨੇ ਕਿਹਾ ਵੀ ਇਹ ਤਾਂ ਰੱਬ ਦਾ ਨਾਂ ਜਪਦੇ ਆ। ਉਹ ਕਹਿੰਦੇ ਕੋਈ ਐਕਸ਼ਨ ਉਕਸ਼ਨ ਨਹੀਂ ਹੋਇਆ। ਮੈਂ ਉਹਨਾਂ ਨੂੰ ਕਿਹਾ ਜੀ ਉਹ ਸਾਨੂੰ ਉਹ ਪੇਪਰ ਤਾਂ ਦਿਓ ਜਿਹਦੇ ਉੱਪਰ ਤੁਸੀਂ ਰੈਕਡ ਲਗਾਇਆ। ਉਹ ਕਹਿੰਦੇ ਸੀਕ੍ਰੇਟ ਆ, ਅਸੀਂ ਦੇ ਨਹੀਂ ਸਕਦੇ ਤੁਹਾਨੂੰ। ਨਿਰਮਲ ਸਿੰਘ ਜੀ, ਇੱਕ ਹੋਰ ਗੱਲ ਦੇਖੋ, ਹੁਣ ਕਿਸਾਨ ਅੰਦੋਲਨ ਚੱਲ ਰਿਹਾ, ਉੱਥੇ ਵੀ ਗਦਰ ਸਕੂਲ ਖੁੱਲ੍ਹਿਆ, ਗਦਰ ਸਕੂਲ, ਉਹਦੇ ਵਿੱਚ ਬਹੁਤ ਬੰਦਿਆਂ ਨੇ ਗਦਰੀ ਬਾਬਿਆਂ ਬਾਰੇ ਕਿਤਾਬਾਂ ਦਿੱਤੀਆਂ ਨੇ। ਉਹ ਜਿਹੜਾ ਗਦਰ ਹਾਲ ਆ ਜਲੰਧਰ, ਉਹ ਦੇਖ ਕੇ ਆਇਓ ਕਿਤੇ, ਉੱਥੇ ਇੰਨਾ ਲਿਟਰੇਚਰ ਪਿਆ ਤੁਸੀਂ ਪੜ੍ਹ ਨਹੀਂ ਸਕਦੇ ਗਦਰੀ ਬਾਬਿਆਂ ਬਾਰੇ। ਅਮਰੀਕ ਸਿੰਘ ਜੀ, ਥੈਂਕ ਯੂ ਸੋ ਮਚ। ਤੁਹਾਡੇ ਨਾਲ ਤਾਂ ਬਹਿ ਕੇ ਮਤਲਬ ਪੂਰਾ ਸ਼ੋਅ ਹੋ ਸਕਦਾ ਹੈ ਸਾਡੇ ਕੋਲ। ਮੈਨੂੰ ਆਪ ਨੂੰ ਹੁਣ ਮਹਿਸੂਸ ਹੋ ਰਿਹਾ ਕਿ ਟਾਈਮ ਦੀ ਕਮੀ ਪੈ ਰਹੀ ਹੈ, ਬਟ ਨਿਰਮਲ ਸਿੰਘ ਜੀ ਤੁਹਾਡੇ ਦਰਸ਼ਨ ਹੋਏ ਹੈ, ਮੈਂ ਚਾਹਾਂਗੀ ਜਿਸ ਤਰ੍ਹਾਂ ਅੰਕਲ ਨੇ ਹੁਣੇ ਕਿਹਾ, ਤੁਸੀਂ ਇਹਦੇ ਬਾਰੇ ਸਾਨੂੰ ਪਲੀਜ਼ ਥੋੜ੍ਹਾ ਜਿਹਾ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੇ ਇਸ ਪਵਿੱਤਰ ਧਰਤੀ ਨੂੰ ਨਮਸਕਾਰ। ਕਿਉਂ ਕੋਈ ਇੱਦਾਂ ਦੇ ਦੇਸ਼ ਭਗਤ ਹੋਏ ਆ ਜਿਨ੍ਹਾਂ ਨੇ ਹਿੰਦੁਸਤਾਨ ਤੋਂ ਆ ਕੇ ਇੱਥੇ ਆਪਣੇ ਘਰਾਂ ਦੀਆਂ ਚੰਗੀਆਂ ਬਣਾਉਣ ਵਾਸਤੇ, ਚੰਗੇ ਘਰਾਂ ਨੂੰ ਉੱਚਾ ਕਰਨ ਵਾਸਤੇ ਇੱਥੇ ਆ ਕੇ ਨੌਕਰੀਆਂ ਕੀਤੀਆਂ, ਪਰ ਉਹਨਾਂ ਦੇ ਵਿੱਚ ਜਿਹੜੀ ਇਹ ਭਾਵਨਾ ਸੀ ਨਾ ਦੇਸ਼ ਪਿਆਰ ਦੀ, ਉਹਨੂੰ ਸਾਰਾ ਕੁਝ ਪਿੱਛੇ ਸਿੱਟਤਾ। ਉਹਨੀ ਗਦਰੀ ਬਾਬਿਆਂ ਨੇ, ਇਹ ਅੱਗੇ ਵੀ ਤੁਸੀਂ ਸੁਣਿਆ ਵੀ ਉਹਨਾਂ 'ਚੋਂ ਮੇਨ ਜਿਹੜੇ ਸੀ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਬਾਬਾ ਸੰਤੋਖ ਸਿੰਘ, ਹਰਦਿਆਲ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀ ਲਾਟ, ਇਹ ਮੇਨ ਬੰਦੇ ਸੀਗੇ ਉਸ ਵੇਲੇ। ਬਾਬਾ ਵਿਸਾਖ ਸਿੰਘ ਹੁਣ ਜਿਹੜੇ ਸੀ ਇਹ ਦਦੇਰ ਦੇ ਸੀਗੇ, ਜਿੱਦਾਂ ਨਹੀਂ ਹੁਣ ਤੁਹਾਨੂੰ ਦੱਸਿਆ, ਇਹ ਸੀਗੇ ਨੇਕ ਗੁਰਮੁਖ ਸੰਤ ਬੰਦੇ। ਇੱਥੇ ਉਹ ਆ ਗਏ, ਇੱਥੇ ਆਏ ਉਹ 1909 ਦੇ ਵਿੱਚ ਸਨ ਫਰਾਂਸਿਸਕੋ ਜਦੋਂ ਆਏ ਆ ਤਾਂ ਉਹ ਇੱਥੇ ਥੋੜ੍ਹਾ ਜਿਹਾ ਖੇਤਾਂ ਖੁੱਤਾਂ 'ਚ ਕੰਮ ਕਰਨ ਲੱਗ ਪਏ, ਪਰ ਉਹਨਾਂ ਨੂੰ ਇੱਕ ਚੰਗੇ ਸਾਥੀ ਦੀ ਲੋੜ ਸੀ, ਉਹ ਸੀ ਬਾਬਾ ਜਵਾਲਾ ਸਿੰਘ। ਉਹ ਇੱਥੇ ਇਸ ਇਲਾਕੇ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਦਾ ਸੰਪਰਕ ਕੁਛ ਬੰਦਿਆਂ ਨੇ ਬਾਬਾ ਜਵਾਲਾ ਸਿੰਘ ਦੇ ਨਾਲ ਕਰਾਤਾ। ਇਹ ਦੋਵੇਂ ਸਾਥੀ ਇੱਥੇ ਮਿਲੇ, ਇਹਨਾਂ ਨੇ ਇੱਕ ਛੋਟੀ ਜਿਹੀ ਉਸ ਵੇਲੇ ਦੇ ਮੁਤਾਬਕ ਇੱਕ ਸੁਸਾਇਟੀ ਬਣਾਈ ਤਿੰਨਾਂ ਬੰਦਿਆਂ 'ਚੋਂ ਦੀ, ਨਾਲ ਸੰਤੋਖ ਸਿੰਘ ਵੀ ਸੀਗਾ, ਦੋਵੇਂ ਜਾਣੇ ਇੱਕ ਹੋਰ ਸੀ। ਉਹ ਸੁਸਾਇਟੀ ਬਣਾ ਕੇ ਉਹਨੇ 500 ਏਕੜ ਜ਼ਮੀਨ ਜਿਹੜੀ ਸੀ ਇੱਥੇ ਹੌਲਟਵੈਲ 'ਚ ਖਰੀਦੀ। ਉਹਨੇ ਉੱਥੇ ਲਿਖਿਆ ਕਿਤਾਬ 'ਚ ਵੀ ਸਨ ਫਰਾਂਸਿਸਕੋ ਤੋਂ 80 ਕਿਲੋਮੀਟਰ ਦੂਰ 'ਤੇ ਇਹ ਇੱਥੇ ਬਣੀ ਸੀ, ਸਟੋਕਟਨ ਦੇ ਨੇੜੇ। ਹਾਂਜੀ, ਉੱਥੇ ਉਹਨੇ ਖਰੀਦੀ। ਉਦੋਂ ਹਿੰਦੁਸਤਾਨ ਵਿੱਚ ਜਿਹੜੀ ਖੇਤੀ ਸੀ ਨਾ ਉਹ ਕਰਦੇ ਸੀ ਬਲਦਾਂ ਦੇ ਨਾਲ, ਇੱਥੇ ਉਸ ਵੇਲੇ ਉਹਨਾਂ ਨੇ ਘੋੜਿਆਂ ਨਾਲ ਕੀਤੀ। ਹਾਂਜੀ, ਉਹਨੇ ਘੋੜਿਆਂ ਨਾਲ ਕਰਕੇ ਇੰਨੀ ਕਣਕ, ਇੰਨੇ ਆਲੂ ਪੈਦਾ ਕੀਤੇ ਵੀ ਉਹ ਇੱਕ ਬੜੇ ਧਨੀ ਬਣ ਗਏ, ਅਮੀਰ ਬਣ ਗਏ। ਉਹਨਾਂ ਦੀ ਸੋਚ ਕੀ ਸੀ, ਇਹ ਪੈਸੇ ਜਿਹੜੇ ਆ ਨਾ ਇਹ ਹਿੰਦੁਸਤਾਨ ਤੋਂ ਨੌਜਵਾਨ ਮੁੰਡੇ ਸੱਦਣੇ ਆ ਜਿਹੜੇ ਆ ਕੇ ਪੜ੍ਹਾਈ ਕਰਨ, ਪੜ੍ਹਾਈ ਕਰਕੇ ਉਹਨਾਂ ਦਾ ਖਰਚਾ ਅਸੀਂ ਦੇਣਾ, ਔਰ ਉਹਨਾਂ ਨੂੰ ਇਨਕਲਾਬ ਵਾਸਤੇ ਤਿਆਰ ਕਰਨਾ, ਐਜੂਕੇਸ਼ਨ ਉਹ ਕਰਨ ਜਿਹਦੇ ਨਾਲ ਸਾਡੀ ਜਿਹੜੀ ਆ ਅੰਗਰੇਜ਼ ਹਕੂਮਤ ਉਹਨੂੰ ਅਸੀਂ ਹਿੰਦੁਸਤਾਨ 'ਚੋਂ ਕੱਢਣਾ। ਉਹਨਾਂ ਨੇ ਇੱਕ ਛੋਟਾ ਜਿਹਾ ਕਮਰਾ ਬਣਾਇਆ ਉੱਥੇ, ਉਸ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੱਖਿਆ ਹੌਲਟਵੈਲ 'ਚ। ਉੱਥੇ ਰੋਜ਼ ਬਾਬਾ ਵਿਸਾਖਾ ਸਿੰਘ ਹੁਣੀ ਪਾਠ ਕਰਦੇ ਸੀ, ਪੜ੍ਹਦੇ ਸੀ, ਦਿਨੇ ਕੰਮ ਕਰਨਾ ਅਤੇ ਰਾਤ ਨੂੰ ਪਾਠ ਕਰਨਾ ਆਪਣੇ ਦੋਵੇਂ ਸਾਥੀ। ਇੱਕ ਦਿਨ ਇਹਨਾਂ ਨੇ ਵਾਕ ਲਿਆ ਆਜ਼ਾਦੀ ਦਾ ਘੋਲ ਸ਼ੁਰੂ ਕਰਨ ਵਾਸਤੇ, ਉਹ ਵਾਕ ਆਇਆ ਜਿਹੜਾ ਇਹਨਾਂ ਨੇ ਬੜਾ ਫਿਰ ਮਗਰੋਂ ਉਹਨੂੰ ਰੱਖਿਆ, ਅਤੇ ਤਿੰਨੇ ਦੋਸਤਾਂ ਨੇ ਇੱਕ ਦੋ ਨੂੰ ਜੱਫੀਆਂ ਪਾ ਕੇ ਕਿਹਾ ਵੀ ਵਾਕ ਸਾਡੇ ਹੱਕ 'ਚ ਆਇਆ, ਅਸੀਂ ਹੁਣ ਆਜ਼ਾਦੀ ਦਾ ਘੋਲ ਆਰੰਭ ਕਰਨਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਜਨਮ ਆਇਆ ਨਾ ਅਵਤਾਰ ਉਪੁਰਬ ਪੋਸ਼ੂ ਦੀ 7 ਨੂੰ, ਉਹ ਹੌਲਟਵੈਲ 'ਚ ਮਨਾਇਆ ਉੱਥੇ, ਔਰ ਸਾਰੀਆਂ ਸਟੇਟਾਂ ਦੇ ਬੰਦੇ ਸੱਦੇ, ਦੂਰ ਦੂਰੋਂ ਤੋਂ ਬੰਦੇ ਆ ਕੇ ਉੱਥੇ ਬੜਾ ਵੱਡਾ ਇਕੱਠ ਹੋਇਆ।
उस इकट्ठ दे विच ये फैसला होया कि अज दे दिन जिहड़ी असीं ये गुरु महाराज जी मना रहे ना बरसी इहदे उत्ते फैसला करो कि स्टॉकटन शहर दे विच असीं इक जगह लैनी है जिथे साडा इकट्ठ उत्ते होया करे। आ जिहड़ा कमरा है ना तुहाडे सामने उन्हें उस लिखिया भी एक बड़ा खूबसूरत कमरा तो $90,000 का सारा प्लाट लिया समझ गए। वो लोगों ने जकारे छड़े बाबा साख सिंह ने कापी अपनी जिहड़ी सी पैसे वाली चक के मारी फिर पैसे इकट्ठे करो लोगों ने जिन्हें कहो को सके जिन्हें वायदा कर लिया कर उस वेले $1,00,000 के करीब एट दी स्पॉट ही हो गया उस टाइम। हाँ उस टाइम ये जड़ा थां फिर उन्होंने ना वो तो मगरों 12-13 में लिया सी आ गुरुद्वारा जिहड़ा बनाया ना 12-13 में बनया फिर तो फिर उन्होंने मीटिंग इतने होने लग पईआं बड़वे लोग आने वाले लाला हरदयाल वर्गे सराभा इतने पढ़ता सी उदों बरकली यूनिवर्सिटी संतोख सिंह उत्थे पढ़ता सी वह भी उत्थों छड़ के इन्हां दी सेवा नूं समझ के तो इन्हां दे कोल आ गया सराभे नूं एक योग तां सियाणा मुंडा समझ के उन्होंने भेजा न्यूयॉर्क नूं हवाई जहाज सीखण वास्ते उह सीख के आ गया। एक 9 बंदियां दा एक टोला उन्होंने जर्मन नूं भेजा जर्मन दे विच इक नाल गया उत्थे जाके अपने सोर्स पैदा करके उन्होंने 9 बंदियां नूं जिहड़ी हुंदी ना गोरेला वार युद्ध उह सिखाली। इत्थे हॉर्टबिल दे विच बाबा हरनाम सिंह जी टुंडीलाट ने टुंडीलाट मैं तुहानूं दस्सदा तो मगरों पिया उहदा नाम इत्थे उन्होंने बंब बनाए बाबा जी ने लिखा उत्थे भी मैं एक गोरे दे नाल संपर्क करके उहदे बंब बनाउणे सिखे सिख के उत्थे अपने हॉर्टबिल बनाए उन्होंने विच इक बगदा थोड़ा जिहा मसाला सीगा जिहड़ा उह हथ 'च लै के ते हाले उहनूं फिरदे उह चल गया वो जिहड़ा चलिया तो उहनां सज्जे बांह दा जिहड़ा गुट सी ना उड़ गया फिर बांह इहदे कोलों कोई 4 उंगलां वाधू वो बांह कटाई कटा के उहदा इलाज होया उस दिन तो उन्होंने टुंडीलाट कहन लगे। हाँ बाकी वो हरनाम सिंह सीगे वड्डे हरनाम सिंह बारे मैं तुहानूं दस्सां मैं सन 54 दे विच एफ ए च पढ़दा सी साढ़े नेड़े एक हरियाणा कस्बा छोटा जिहा उत्थे सानूं पता लगा मुंडियां नूं इकट्ठे जिद्दां आपां सारे इकट्ठे आ ना कॉलेज पढ़दे पढ़दे वो कहिंदे वी बाबा हरनाम सिंह टुंडीलाट आ गया पिंड एक नाल ही हरियाणे दे विच जगत राम ये दो साढ़े इलाके के बंदे उन्होंने दोनों के मैं दर्शन किए असी जगत राम को भी गए आशीर्वाद लिया उन्हें सानू प्रेरिया कहते तगड़े हो जाओ पढ़ाइया करो मुल्क नूं छड़ाउणा सारे ने फिर असी बाबा हरनाम सिंह वो पिंड मिलन गए ये 54 की सन 54 की दसद हाँ जी मैं उस एफ ए च पढ़ता सी ये बाबे हरनाम सिंह असं मिल गए ये सानू मिले पिंड पर साडा इन्ना थोड़ा मिलाप होया पर उस वेले इन्हां दा भरावा सी संतां वाला साफा जल पेटना चोला इत्थे तां ही सीगा ते नंगियां लत्तां हुंदियां सी ते हर वेले ही अपने ना भजन बंदगी विच लगे रहिंदे सी। मैनूं हुण ओह गल्लां याद नहीं जिहड़ियां असीं उन्हां नूं कीतियां ना सानूं उहलो इन्नी सोझी हुंदी आ असीं तां पढ़दे मुंडे सी असीं ठीक है सो इस करके उहदे मगरों सन 68-69 दे विच मेरी उस पिंड बदली हुई जिहड़ा स्कूल मिडल स्कूल बाबा हरनाम सिंह दे घर विच बणिया सी मैं 3 साल उत्थे पढ़ाया। हाँ मैं बाबे दे दर्शन भी किते आ 3 साल उस मैं पढ़ाया भी उत्थों साडा पिंड 5 मील ते सी सैकल ते आ जाणा सैकल ते जाणा उहनां दे घर उहने आपां घर दे दित्ता सी स्कूल बणाउण लई एडी उहनां दी कुरबानियां गाहां कुरबानियां उहनां दे की आ जदों इहनां नूं कलकत्ते ਵਿੱਚ ਫੜੇ ਗਏ ਬਹੁਤ ਸਾਰੇ ਗਦਰੀ ਕੋ ਅੱਗੇ ਚੱਲ ਗਏ ਪਿੱਛੇ ਚੱਲ ਗਏ ਜਿਹੜੇ ਚਲੇ ਗਏ ਉਹਨਾਂ ਨੂੰ ਕੈਦਾਂ 'ਚ ਸੁੱਟਿਆ ਗਿਆ ਉਹ ਗਦਰੀ ਬਾਬੇ ਕੈਦ ਹੋਇਆਂ ਬੰਦਿਆਂ ਦੇ ਘਰੀਂ ਜਾ ਜਾ ਕੇ ਉਹਨਾਂ ਦੇ ਬੱਚਿਆਂ ਦੀ ਸੇਵਾ ਕਰਦੇ ਰਹੇ ਹੈਂਜੀ ਅੱਛਾ ਉਸ ਤੋਂ ਬਾਅਦ ਖੋਤਿਆਂ ਦੇ ਉੱਤੇ ਲੱਗ ਕੇ ਨਾ ਇੱਕ ਖੋਤਾ ਲੈ ਕੇ ਉਸ ਲੱਟੇ 'ਚ ਲੱਦ ਕੇ ਰਾਤ ਬਰਾਤ ਦੇ ਪਿੰਡਾਂ 'ਚ ਘੁੰਮਣਾ ਦੱਸੋ ਇਹਨਾਂ ਦੀ ਕੁਰਬਾਨੀ ਦਾ ਮੁੱਲ ਕੋਈ ਪਾ ਸਕਦਾ ਉਹਨਾਂ ਦੀ ਕੁਰਬਾਨੀ ਦਾ ਮੁੱਲ ਕੋਈ ਪਾ ਸਕਦਾ ਹੈਂਜੀ ਸੋ ਐਡੀਆਂ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਫਿਰ ਉਹਨਾਂ ਨੂੰ ਸਲੋਲ ਜੇਲ੍ਹ ਵਿੱਚ ਭੇਜਿਆ ਗਿਆ
ਉੱਥੇ ਅੱਧ ਦਰਜੇ ਦੀ ਤੰਗੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਹੈ ਜੀ। ਬਾਬੇ ਵਿਸਾਖਾ ਸਿੰਘ ਵੀ ਸੰਤੋਖ ਸਿੰਘ ਤੋਂ ਉੱਥੇ ਚੜ੍ਹਾਈ ਕਰ ਗਿਆ ਤੰਗੀ ਕੱਟ ਕੇ। ਇੱਦਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਸਾਡੀ ਕੌਮ ਲਈ ਕੀਤੀਆਂ, ਮਰਨ ਤੱਕ ਆਖਰੀ ਸਾਹ ਤੱਕ ਉਹਨਾਂ ਨੇ ਆਪਣਾ ਦੇਸ਼ ਪਿਆਰ ਦਾ ਜਜ਼ਬਾ ਛਕਣ ਦਿੱਤਾ। ਉਹਨਾਂ ਸ਼ਹੀਦਾਂ ਨੂੰ ਸਦਾ ਪ੍ਰਣਾਮ। ਮੈਂ ਬੀਬੀ ਜੀ ਤੁਹਾਨੂੰ ਦੱਸਣਾ ਚਾਹੁੰਦਾ, ਇਹ ਬੀਬੀ ਜੀ ਭਕਨਾ ਪਿੰਡ ਦੇ ਨੇ, ਇਹਨਾਂ ਦੀ ਮਦਰ ਭਕਨਾ ਪਿੰਡ ਦੀ ਆ, ਬਾਬਾ ਭਕਨਾ ਜੀ ਉੱਥੋਂ ਦੇ ਹੋਏ ਆ। ਜਦੋਂ ਮੈਂ ਖਾਲਸਾ ਸਕੂਲ 'ਚ ਪੜ੍ਹਦਾ ਸੀ ਲੁਧਿਆਣੇ, ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ, ਸਾਨੂੰ ਉਹ ਲੈ ਕੇ ਗਏ ਅਤੇ ਬਾਬਾ ਭਕਨਾ ਜੀ ਦਾ ਘਰ ਦਿਖਾਇਆ, ਕੱਚਾ ਘਰ, ਹੁਣ ਦਰਵਾਜ਼ਾ ਵੀ ਨਹੀਂ ਸੀ ਲੱਗਿਆ ਹੋਇਆ ਉਦੋਂ। 1962 ਦੀ ਮੈਂ ਗੱਲ ਕਰਦਾ, 1962 ਉਹਨਾਂ ਦੇ ਘਰ ਨੂੰ ਦਰਵਾਜ਼ਾ ਵੀ ਨਹੀਂ ਸੀ ਲੱਗਿਆ ਹੋਇਆ ਉਦੋਂ। ਤੁਸੀਂ ਦੇਖਿਓ ਕਿਤੇ ਜਾਂ ਫੋਟੋ ਦੇਖਿਓ ਉਹਨਾਂ ਦੇ ਘਰ ਦੀ। ਫਿਰ ਸਰਦਾਰ ਬਾਬਾ ਊਧਮ ਸਿੰਘ ਜੀ, ਸਰਦਾਰ ਊਧਮ ਸਿੰਘ ਜੀ ਸੁਨਾਮ, ਉਹ ਇਸ ਗੁਰੂ ਘਰੋਂ ਗਏ। ਜਦੋਂ ਉਹਨਾਂ ਨੇ ਜਨਰਲ ਡਾਇਰ ਨੂੰ ਸੋਧਿਆ ਨਾ, ਉਹ ਇਸ ਗੁਰੂ ਘਰੋਂ ਗਏ ਸੀ। ਗਦਰੀ ਬਾਬਿਆਂ ਨੇ, ਇਸ ਗੁਰੂ ਘਰ ਨੇ ਉਹਨਾਂ ਦੀ ਪੂਰੀ ਹੈਲਪ ਕੀਤੀ ਸੀ। ਅੱਛਾ, ਉਹਨਾਂ ਦਾ ਜਿਹੜਾ ਉਹਨਾਂ ਬਾਰੇ ਕਿਤਾਬ ਲਿਖੀ ਆ ਪ੍ਰੋਫੈਸਰ ਬਲਬੀਰ ਸਿੰਘ ਜੀ MA, ਉਹਨੇ ਸੰਗਰੂਰ ਦੇ ਉਹ ਗੌਰਮੈਂਟ ਕਾਲਜ ਦੇ ਵਿੱਚ ਨੇ, ਉਹਨਾਂ ਨੇ ਉੱਥੇ ਆ ਕੇ ਉਹ ਕਿਤਾਬ ਲਿਖੀ ਆ ਉਹਨਾਂ ਬਾਰੇ। ਮੈਂ ਉਹ ਕਿਤਾਬ ਪੜ੍ਹੀ ਵੀ ਆ। ਉਸ ਤੋਂ ਬਾਅਦ ਉਹ ਜਿਹੜੀ ਕਿਤਾਬ ਦੇ ਵਿੱਚ ਲਿਖਿਆ ਉਹਨਾਂ ਨੇ ਵੀ ਉਹਨਾਂ ਦਾ ਰਿਵੋਲਵਰ ਉੱਥੇ ਪਿਆ, ਉੱਥੇ ਇੱਕ ਪੁਰਾਣਾ ਗੁਰੂ ਗ੍ਰੰਥ ਸਾਹਿਬ ਪਿਆ ਲਾਇਬ੍ਰੇਰੀ ਦੇ ਵਿੱਚ। ਮੈਂ ਉਹਦੇ ਬਾਰੇ ਬਹੁਤ ਚਿੱਠੀਆਂ ਲਿਖੀਆਂ ਨੇ। ਮੈਂ ਉਹ ਇਹ ਵੀ ਲਿਖਿਆ ਵੀ ਉਹ ਜਿਹੜਾ ਉਹਨਾਂ ਦਾ ਰਿਵੋਲਵਰ ਆ ਸਾਨੂੰ ਦਿਓ, ਅਸੀਂ ਇੱਥੇ ਰੱਖਣਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕ ਸਿੰਘ ਜੀ ਅਤੇ ਅਫਕੋਰਸ ਨਿਰਮਲ ਜੀ, ਮੈਂ ਤੁਹਾਡਾ ਇੰਨੀ ਮੈਂ ਸ਼ੁਕਰਗੁਜ਼ਾਰ ਹਾਂ, ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸਿਆ। ਮੈਨੂੰ ਤਾਂ ਇੱਦਾਂ ਲੱਗਦਾ ਕਿ ਪੂਰਾ ਸ਼ੋਅ ਇਸ ਚੀਜ਼ 'ਤੇ ਹੋਣਾ ਚਾਹੀਦਾ। ਅਤੇ ਮੈਂ ਜਾਂਦੇ ਆਉਂਦੇ ਸਿਰਫ ਵਿਊਅਰਸ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ, ਜਿੱਥੇ ਹਰ ਇੱਕ ਸਿੱਖ ਦਾ ਇੱਕ ਮਕਸਦ ਹੁੰਦਾ, ਤੁਸੀਂ ਜ਼ਰੂਰ ਹਰਿਮੰਦਰ ਸਾਹਿਬ ਹੋ ਕੇ ਆਓ। ਸਾਡੇ ਜੋ ਗੁਰੂਆਂ ਦੀ ਪਵਿੱਤਰ ਧਰਤੀ, ਉੱਥੇ ਜ਼ਰੂਰ ਤੁਸੀਂ ਆਪਣੀ ਸੰਗਤ ਲਾ ਕੇ ਆਓ। ਉਸੇ ਤਰ੍ਹਾਂ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਸਟੋਕਟਨ ਗੁਰਦੁਆਰਾ ਸਾਡੇ ਲਈ ਅਹਿਮੀਅਤ ਰੱਖਦਾ ਹੈ। ਇੱਥੇ ਵੀ ਸਾਡਾ ਇਤਿਹਾਸ ਸਜਿਆ ਹੋਇਆ, ਕਿੰਨੀ ਕੁਰਬਾਨੀਆਂ ਇੱਥੋਂ ਸ਼ੁਰੂ ਹੋਈਆਂ ਅਤੇ ਹਲੇ ਵੀ ਉਹ ਇਤਿਹਾਸ ਇੱਥੇ ਮੌਜੂਦ ਹਨ। ਭਾਵੇਂ ਉਹ ਜਿਸ ਤਰ੍ਹਾਂ ਅੰਕਲ ਨੇ ਦੱਸਿਆ, ਤੁਸੀਂ ਇਹਨਾਂ ਦੇ ਨਾਲ ਆ ਕੇ ਗੱਲ ਕਰ ਸਕਦੇ ਹੋ ਜਾਂ ਇੱਥੇ ਮਿਊਜ਼ੀਅਮ ਦੇ ਵਿੱਚ ਵੇਖ ਸਕਦੇ ਹੋ ਕਿ ਕੁਛ ਉਸ ਟਾਈਮ ਪੀਰੀਅਡ ਤੋਂ ਸਿੱਖਣ ਨੂੰ ਇੱਥੇ ਹੈਗਾ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ, ਤੁਸੀਂ ਜ਼ਰੂਰ ਮੈਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।